ਕਰਦੇ ਹੈ ਡੀਓਟੀ ਸੇਫਟੀ ਇੰਸਪੈਕਸ਼ਨ ਕਰਦੇ ਹੈ ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ ਟਾਇਰ ਇੰਸਟਾਲੇਸ਼ਨ ਇਲੈਕਟ੍ਰਿਕ ਐਂਡ ਡਾਇਗਨੋਸ ਰੀਬਿਲਡ ਟ੍ਰਾਂਸਮਿਸ਼ਨ ਡਿਫਰੈਂਸ਼ੀਅਲ ਤੇ ਕਲਚ ਜੋਬਸ ਆਇਲ ਚੇਂਜ ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-409-2000 ਜਾਂ ਫਿਰ ਕਾਲ ਕਰੋ 204-770-0460 ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360-652-6066 ਯਾਨੀ 360-652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661-797-2354 ट्रैकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज़ वी केयर ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਮੁੜ ਤੋਂ ਸਵਾਗਤ ਕਰਦੇ ਹਾਂ ਜੀ ਬਠਿੰਡਾ ਸਟੂਡੀਓ ਤੋਂ ਲਾਈਵ ਮੈਂ ਜਸਪ੍ਰੀਤ ਸਿੰਘ ਤੁਹਾਡੇ ਸਾਰਿਆਂ ਨਾਲ ਜੁੜਿਆ ਹੋਇਆ ਹਾਂ ਅਤੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਗਏ ਨੇ ਜੀ ਸ਼ਿਵਿੰਦਰ ਜੀ ਸੋ ਸ਼ਿਵਿੰਦਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਸ਼ੁਕਰੀਆ ਜਸਪ੍ਰੀਤ ਮਿਹਰਬਾਨੀ ਜੀ ਜੀ ਸੋ ਖਬਰਾਂ ਤੁਹਾਡੀਆਂ ਬਹੁਤ ਸਾਰੀਆਂ ਨੇ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰਨੀ ਹੈ ਜੀ ਅਤੇ ਉਹਨਾਂ ਦੇ ਵਿੱਚੋਂ ਜਿਹੜੀ ਪਹਿਲੀ ਖਬਰ ਮੈਂ ਲੈਣੀ ਚਾਹੂੰਗਾ ਜੀ ਉਹ ਹੈ ਗਿਆਨ ਵਾਪੀ ਮਸਜਿਦ ਦੇ ਬਾਰੇ ਸੋ ਕਾਫੀ ਚਰਚਾ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਜੀ ਇਹ ਮਸਜਿਦ ਅਤੇ ਹੁਣ ਕੀ ਨਵੀਂ ਅਪਡੇਟ ਹੈ ਜੀ ਜਸਪ੍ਰੀਤ ਦੇਖੋ ਜਿਹੜਾ ਗਿਆਨ ਵਾਪੀ ਮਸਜਿਦ ਵਾਲਾ ਮੁੱਦਾ ਇਹ ਲਗਭਗ ਇਹਦੀ ਜਿਹੜੀ ਹਿਸਟਰੀ ਹੈ ਉਹ ਉਨੀ ਕੀ ਪੁਰਾਣੀ ਹੈ ਉਸ ਤੋਂ ਕਾਫੀ ਪੁਰਾਣੀ ਹੈ ਮਤਲਬ ਜਦੋਂ ਬਾਬਰੀ ਮਸਜਿਦ ਦਾ ਮੁੱਦਾ ਆਇਆ ਸੀ ਉਦੋਂ ਹੀ ਨਾਲ ਹੀ ਇਹ ਸ਼ੁਰੂ ਕਰ ਦਿੱਤਾ ਗਿਆ ਸੀ ਇਹ ਮੁੱਦਾ ਵੀ ਅੱਛਾ ਜੀ ਕਾਰਨ ਇਹ ਸੀਗਾ ਕਿ ਬਾਬਰੀ ਵੇਲੇ ਇੱਕ ਨਾਰਾ ਦਿੱਤਾ ਸੀ ਵਿਸ਼ਵ ਹਿੰਦੂ ਪਰਿਸ਼ਦ ਤੇ ਅਤੇ ਕੁਛ ਹੋਰ ਰਾਈਟ ਵਿੰਗ ਸੰਗਠਨਾਂ ਨੇ ਉਹ ਨਾਰਾ ਸੀਗਾ ਕਿ ਬਾਬਰੀ ਤਾਂ ਝਾਕੀ ਹੈ ਮਥੁਰਾ ਕਸ਼ ਬਾਕੀ ਹੈ ਇੱਥੋਂ ਸਾਫ ਜਾਹਰ ਸੀਗਾ ਵੀ ਇਸ ਤੋਂ ਬਾਅਦ ਵਿੱਚ ਜਿਹੜੇ ਬੰਦੇ ਕਹਿੰਦੇ ਸੀ ਨਾ ਵੀ ਆਮ ਮਸਲਾ ਹੱਲ ਹੋ ਜਾਏ ਉਸ ਤੋਂ ਬਾਅਦ ਕੋਈ ਹੋਰ ਮਸਲਾ ਨਹੀਂ ਹੋਏਗਾ ਪਰ ਉਹ ਗਲਤ ਸੀ ਕਿਉਂਕਿ ਨਾਰੇ ਵਿੱਚੋਂ ਹੀ ਦਿਖਦਾ ਸੀਗਾ ਵੀ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਇੱਕ ਇਹ ਰਾਈਟ ਵਿੰਗ ਫੋਰਸਿਸ ਦੀ ਹੈਗੀ ਹੈ ਵੀ ਐਂਟੀ ਮੁਸਲਿਮ ਜਿਹੜਾ ਉਹਨਾਂ ਨੇ ਸਾਰੀਆਂ ਨਿਸ਼ਾਨੀਆਂ ਖਤਮ ਕਰਨ ਦੀ ਰੱਖੀ ਹੋਈ ਹੈ ਇਹ ਇਸ ਤੋਂ ਰੁਕਣਗੇ ਨੀ ਹੁਣ ਅੱਗੇ ਵਧਣਗੇ ਸੋ ਅੱਗੇ ਵਧਣ ਵਾਲਾ ਹੀ ਮਾਨਸਿਕਤਾ ਜਿਹੜੀ ਹੈਗੀ ਆ ਹਰਪ੍ਰੀਤ ਆਪਣੇ ਜਸਟਿਸ ਦੇ ਵਿੱਚ ਸੀਗੀ ਜਿਹਦੇ ਵਿੱਚ ਕਿ ਹੁਣ ਫਿਲਹਾਲ ਕੋਰਟ ਨੇ ਕਹਿ ਦਿੱਤਾ ਸੀ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ ਨਿਚਲੀ ਅਦਾਲਤ ਦੇ ਜਿਹੜੀ ਕਾਰਵਾਈ ਉੱਤੇ ਹੁਣ ਅੱਜ ਦੇਖਦੇ ਹਾਂ ਅੱਜ ਤੇ ਕੱਲ੍ਹ ਦੇ ਵਿੱਚ ਨਵੀਂ ਅਪਡੇਟ ਜਿਹੜੀ ਸੁਪਰੀਮ ਕੋਰਟ ਆਪਣੇ ਵੱਲੋਂ ਜਿਹੜੀ ਕਾਰਵਾਈ ਕਰੂਗੀ ਉਹਦੇ ਵਿੱਚ ਕੀ ਹੁੰਦੀ ਹੈ ਹਾਲ ਦੀ ਕੜੀ ਲੈ ਕੇ ਇਹਦੇ ਵਿੱਚ ਜਿੰਨੀ ਵੀ ਹੁਣ ਤੱਕ ਸਾਰੀ ਕਾਰਵਾਈ ਹੋਈ ਹੈ ਉਹ ਕਾਰਵਾਈ ਇੱਕ ਤਰ੍ਹਾਂ ਨਾਲ ਨਾ ਐਂ ਲੱਗਦਾ ਦੇਖੋ ਇਹਦੇ ਵਿੱਚ ਹੈ ਕੀ ਮਸਲਾ ਕਿ ਇੱਕ ਭਾਰਤ ਦੇ ਵਿੱਚ 1991 ਵਿੱਚ ਕਾਨੂੰਨ ਬਣਿਆ ਹੋਇਆ ਹੈਗਾ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਉਸ ਕਾਨੂੰਨ ਦੇ ਵਿੱਚ ਕਿ ਜਿਹੜਾ 1947 ਤੋਂ 15 ਅਗਸਤ 1947 ਵੇਲੇ ਜਿਹੜੀ ਧਾਰਮਿਕ ਇਮਾਰਤ ਜਿਸ ਸਾਲ ਵਿੱਚ ਆ ਉਸੇ ਤਰ੍ਹਾਂ ਹੀ ਰਹੂਗੀ ਉਹਦੇ ਨਾਲ ਛੇੜਖਾਨੀ ਨਹੀਂ ਕੀਤੀ ਜਾ ਸਕਦੀ ਇਹ ਤਾਂ ਹੈਗਾ ਰੂਲ ਤੇ ਲੇਕਿਨ ਉਹ ਬਾਬਰੀ ਵਾਲੇ ਮੁੱਦੇ ਤੇ ਤਾਂ ਨੀ ਢੁਕਦਾ ਸੀ ਕਿਉਂਕਿ ਬਾਬਰੀ ਦਾ ਕੇਸ ਉਸ ਸਮੇਂ ਅਦਾਲਤ ਵਿੱਚ ਸੀਗਾ ਹੁਣ ਜਿਹੜੀਆਂ ਅਦਾਲਤਾਂ ਉਹਨਾਂ ਦੀ ਇੱਛਾ ਸ਼ਕਤੀ ਦੀ ਘਾਟ ਆ ਇਮਾਨਦਾਰੀ ਦੀ ਘਾਟ ਕਹਿ ਲਓ ਕਿ ਉਹ ਇਸ ਕਾਨੂੰਨ ਨੂੰ ਚੰਗੀ ਤਰ੍ਹਾਂ ਲਾਗੂ ਨਹੀਂ ਕਰਾ ਸਕੀਆਂ ਕਿਉਂਕਿ ਇਸ ਢੰਗ ਨਾਲ ਤਾਂ ਇਹਨਾਂ ਦਾ ਦਾਅਵਾ ਹਰੇਕ ਕਿਤੇ ਹੀ ਹੋਜੂਗਾ ਤੁਸੀਂ ਦੇਖਿਆ ਵੀ ਇਹ ਲਾਲ ਕਿਲੇ ਤੇ ਵੀ ਦਾਅਵਾ ਕਰਨ ਲੱਗੇ ਨੇ ਨਾ ਆਪਣੇ ਉਹਦੇ ਤੇ ਤਾਜ ਮਹਿਲ ਤੇ ਫਿਰ ਕੁਤਬ ਮੀਨਾਰ ਉੱਤੇ ਵੀ ਇਹ ਤਾਂ ਕਿਉਂਕਿ ਇੱਕ ਸੋਚੀ ਸਮਝੀ ਸਾਜਿਸ਼ ਹੈ ਕਿ ਇਹਦੇ ਵਿੱਚ ਕੀ ਹੈ ਕਿ ਇਹਨਾਂ ਦੀ ਨਾ ਜਿਹੜੀ ਇੱਕ ਸੋਚ ਹੈ ਵੀ ਜਿੰਨੇ ਵੀ ਮੁਸਲਮਾਨ ਰਾਜੇ ਆਏ ਸੀ ਉਹਨਾਂ ਨੇ ਆ ਕੇ ਜੀ ਮੰਦਿਰ ਢਾਏ ਸੀ ਤੇ ਮਸਜਿਦਾਂ ਬਣਾਈਆਂ ਸੀ ਜੋ ਕਿ ਨਿਰੀ ਗਲਤ ਇਤਿਹਾਸਕ ਤੌਰ ਤੇ ਵੀ ਗਲਤ ਹੈ ਕਿਉਂਕਿ
ਭਾਰਤ ਵਿੱਚ ਕਦੇ ਵੀ ਇਤਿਹਾਸ ਐਂ ਨਹੀਂ ਘੜਦਾ ਰਿਹਾ, ਵੈਸੇ ਵੀ ਨਹੀਂ ਕਦੇ ਐਂ ਘੜਦਾ ਹੁੰਦਾ। ਭਾਰਤ ਵਿੱਚ ਇਸ ਤਰ੍ਹਾਂ ਦੀਆਂ ਮਿਸਾਲਾਂ ਅਨੇਕਾਂ ਨੇ ਜਿੱਥੇ ਬਹੁਤ ਸਾਰੇ ਮੁਸਲਮਾਨ ਸ਼ਾਸਕਾਂ ਨੇ ਮੰਦਰ ਬਣਾਏ ਨੇ ਤੇ ਹਿੰਦੂ ਰਾਜਿਆਂ ਨੇ ਮੰਦਰ ਢਾਏ ਨੇ, ਕਿਉਂਕਿ ਜਿਵੇਂ ਇੱਕ ਇੱਕ ਹਿੰਦੂ ਰਾਜਾ ਦੂਜੇ ਜਗ੍ਹਾ ਦੇ ਉੱਤੇ ਹਮਲਾ ਕਰਦਾ, ਉੱਥੇ ਬਹੁਤ ਸਾਰੀਆਂ ਚੀਜ਼ਾਂ ਨਾਲ ਮੰਦਰ ਵੀ ਢਾਏ ਨੇ। ਸੋ ਇਸ ਕਰਕੇ ਇਹ ਚੀਜ਼ਾਂ ਦੇ ਵਿੱਚ ਕੋਈ ਦਮ ਨਹੀਂ ਹੈਗਾ। ਤੇ ਦੂਜੇ ਪਾਸੇ ਜਿਵੇਂ ਦਾਅਵੇਦਾਰੀਆਂ ਹੋ ਰਹੀਆਂ, ਇਹਦੇ ਲਈ ਉਹ ਜਿਹੜਾ 1991 ਵਾਲਾ ਕਾਨੂੰਨ ਆ ਉਹ ਇੱਕ ਸਹਾਈ ਹੋ ਸਕਦਾ, ਪਰ ਇੱਥੇ ਇਸ ਗਿਆਨ ਬਾਪੀ ਮਾਮਲੇ ਵਿੱਚ ਕੀ, ਮਸਜਿਦ ਦੇ ਮਾਮਲੇ ਚ ਕੀ ਹੋਇਆ ਜੀ, ਬਾਅਦ ਹਾਈ ਕੋਰਟ ਵੱਲੋਂ ਇਹਨਾਂ ਦੀ ਸੋ ਕਾਂਡ ਹਿੰਦੂ ਪੱਖ ਦੀ ਜਿਹੜੀ ਰਿੱਟ ਹੈ ਉਹ ਰੱਦ ਕਰ ਦਿੱਤੀ ਗਈ ਸੀ ਪਟੀਸ਼ਨ। ਲੇਕਿਨ ਲੋਕਲ ਅਦਾਲਤ ਨੇ ਫਿਰ ਇਹਨਾਂ ਨੂੰ ਇਹਨਾਂ ਦੀ ਜਿਹੜੀ ਹੈਗੀ ਆ ਨੋਟਿਸ ਲੈਂਦੇ ਹੋਏ ਇਹਨਾਂ ਦੀ ਪਟੀਸ਼ਨ ਦਾ ਉਹਦੇ ਸਰਵੇਖਣ ਕਰਵਾਇਆ। ਜਿਹੜਾ ਸਰਵੇਖਣ ਜਦੋਂ ਕਰਵਾਇਆ ਉਹਦੇ ਵਿੱਚ ਸਰਵੇਖਣ ਕਰਨ ਵਾਲਾ ਬੰਦਾ RSS ਤੇ BJP ਦਾ ਮੰਨਿਆ ਗਿਆ, ਜਿਹਨੂੰ ਕਿ ਹੁਣ ਜਾ ਕੇ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਬਰਖਾਸਤ ਕੀਤਾ। ਸੋ ਇਹ ਜਿਵੇਂ ਫਿਰ ਇੱਥੇ ਕਹਾਣੀਆਂ ਬਣਾਈਆਂ ਜਾ ਰਹੀਆਂ ਜੀ, ਇਹਦੇ ਵਿੱਚ ਫੁਆਰਾ ਸੀ, ਹੋਰ ਸੀ, ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਨਾ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਲਈ ਤਾਂ ਖਤਰਨਾਕ ਹੈਗੀਆਂ ਨੇ, ਪਰ ਜਿਸ ਹਿਸਾਬ ਨਾਲ ਚੱਲ ਰਹੇ ਨੇ ਹਰੇਕ ਜਗ੍ਹਾ ਦੇ ਉੱਤੇ ਦਾਅਵੇਦਾਰੀ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਫੋਰਸਿਸ, ਕਿਉਂਕਿ ਇਹਦੇ ਵਿੱਚ ਸਿੱਧਾ ਜਿਹਾ ਸੰਬੰਧ ਹੈ ਕਿ ਇਹਦੇ ਵਿੱਚ BJP ਨੂੰ ਫਾਇਦਾ ਹੀ ਮਿਲ ਰਿਹਾ ਕਿ ਲੋਕਾਂ ਦੇ ਮੁੱਦੇ ਪਰਾਂ ਹੋ ਜਾਂਦੇ ਨੇ, ਇਹੋ ਜਿਹੇ ਸੈਂਸਿਟਿਵ ਮੁੱਦੇ ਅੱਗੇ ਆ ਜਾਂਦੇ ਨੇ। ਹਾਲ ਦੀ ਘੜੀ ਸਭ ਤੋਂ ਵਧੀਆ ਢੰਗ ਇਹੀ ਹੈ ਵੀ ਜਿਹੜਾ 1991 ਵਾਲਾ ਕਾਨੂੰਨ ਹੈ ਉਹਨੂੰ ਲਾਗੂ ਕੀਤਾ ਜਾਵੇ। ਇੱਥੇ ਕਿਤੇ ਨਾ ਕਿਤੇ ਸਾਡੀਆਂ ਕੋਰਟਾਂ ਵੀ ਜਿਹੜੀਆਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਫੋਰਸਿਸ ਦੇ ਅੱਗੇ ਝੁਕਦੀਆਂ ਹੋਈਆਂ ਜਾਂ ਕਿ ਹਥਿਆਰ ਸੁੱਟਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਜੀ ਜੀ ਬਿਲਕੁਲ ਜੀ, ਕਿਉਂਕਿ ਅਦਾਲਤਾਂ ਦਾ ਜਿਹੜਾ ਹੈ ਕਾਰਗੁਜ਼ਾਰੀ ਹੈ ਉਹ ਵੀ ਢਿੱਲੀ ਵੀ ਹੈ, ਜੱਜਾਂ ਦੀ ਵੀ ਇੱਥੇ ਗਿਣਤੀ ਘੱਟ ਆ ਜਾਂਦੀ ਹੈ। ਸੋ ਬਹੁਤ ਸਾਰੇ ਮੁੱਦੇ ਨੇ, ਬਾਕੀ ਜੱਜਾਂ ਨੂੰ ਇੱਥੇ ਜਿਹੜੇ ਅਹੁਦੇ ਵੀ ਮਿਲਦੇ ਨੇ ਰਿਟਾਇਰਮੈਂਟ ਤੋਂ ਬਾਅਦ। ਸੋ ਇੱਦਾਂ ਦੇ ਬਹੁਤ ਸਾਰੇ ਗੱਲਾਂ ਨੇ ਜਿਹੜੀਆਂ ਸਾਡੀ ਜੁਡੀਸ਼ਰੀ ਨੂੰ ਲੈ ਕੇ ਵੀ ਸਾਡੇ ਮਨਾਂ ਅੰਦਰ ਬਹੁਤ ਸਾਰੇ ਸਵਾਲ ਅਤੇ ਚਿੰਤਾ ਦੋਨੇ ਹੀ ਪੈਦਾ ਕਰ ਦਿੰਦੀਆਂ ਨੇ। ਜੀ ਬਿਲਕੁਲ ਹਾਂਜੀ। ਇਸ ਤੋਂ ਅਗਲੀ ਜਿਹੜੀ ਮੈਂ ਖਬਰ ਲੈਣੀ ਚਾਹੂੰਗਾ ਜੀ, ਉਹ ਲੈਣੀ ਚਾਹੂੰਗਾ ਸਾਡੇ ਅਸਾਮ ਸੂਬੇ ਦੀ। ਅਸਾਮ ਸੂਬੇ ਤੋਂ ਖਬਰ ਆ ਰਹੀ ਹੈ ਕਿ ਇੱਕ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਉਸ 'ਤੇ ਦੋਸ਼ ਇਹ ਲੱਗਿਆ ਕਿ ਉਹ ਆਪਣੇ ਨਾਲ ਪੱਕਿਆ ਹੋਇਆ ਗੋ ਮਾਸ ਲੈ ਕੇ ਆਈ ਸੀ। ਸੋ ਕੀ ਹੈ ਜੀ ਇਹ ਮਸਲਾ? ਅਸਾਮ ਵੀ ਸੂਬਾ ਉਹੀ ਹੈ ਜਿੱਥੇ ਹੁਣ ਸਿਟੀ ਇਲੈਕਸ਼ਨ ਵਾਲਾ ਸੂਬਾ ਹੈਗਾ ਵਾ, ਜਿਹਦੇ ਵਿੱਚ ਕਿ ਤੁਸੀਂ ਦੇਖੋ ਕਿ ਇਸ ਸੂਬੇ ਦੇ ਵਿੱਚ ਛੇਤੀ ਜਿਹੜਾ ਹੈਗਾ ਕਹਾਣੀ ਸਾਹਮਣੇ ਆਉਣ ਵਾਲੀ ਹੈ ਕਿ ਲਗਾਤਾਰ BJP ਦਾ ਰਾਜ ਹੈ, ਉਹਦੇ ਵਿੱਚ ਇਸ ਤਰ੍ਹਾਂ ਦੇ ਮੁੱਦੇ ਉਭਾਰੇ ਜਾਂਦੇ ਨੇ। ਹੁਣ ਉਹ ਗਊ ਮਾਸ ਸੀਗਾ ਕਿ ਨਹੀਂ, ਇੱਕ ਤਾਂ ਇਹ ਸਵਾਲ ਆ, ਪਰ ਦੂਜੀ ਗੱਲ ਇਹ ਹੈਗੀ ਵੀ ਗਊ ਮਾਸ ਚਾਹੇ ਹੋਵੇ ਵੀ, ਜਿਹੜਾ ਕੋਈ ਇੱਕ ਬੰਦਾ ਖਾਂਦਾ ਉਹ ਖਾਂਦਾ, ਨਾਲੇ ਜਿਹੜਾ ਇਹ 7 Sisters ਵਾਲਾ ਇਲਾਕਾ ਇੱਥੇ ਤਾਂ ਮਤਲਬ ਆਮ ਹੀ ਨੋਰਮਲੀ ਖਾਧਾ ਜਾਂਦਾ ਹੈਗਾ। ਤੇ ਹੁਣ ਅਸਾਮ ਦੇ ਵਿੱਚ ਕੋਲਪਾੜਾ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਹੈ ਜਿੱਥੇ ਭੋਜਨ ਦੇ ਮਾਮਲੇ ਵਿੱਚ ਹੋਇਆ ਕਿ ਦੱਸਿਆ ਜਾ ਰਿਹਾ ਵੀ ਇੱਕ ਅਧਿਆਪਕਾਂ ਨੂੰ ਇਸ ਲਈ ਗ੍ਰਿਫਤਾਰ ਕੀਤਾ ਵੀ ਉਹ ਆਪਣੇ ਸਕੂਲ ਦੇ ਵਿੱਚ ਪੱਕਾ ਆਇਆ ਹੋਇਆ ਜਿਹੜਾ ਗਊ ਮਾਸ ਲੈ ਕੇ ਆਈ ਸੀਗੀ। ਸੋ ਇਹਦੀ ਜਿਹੜੀ ਜਾਣਕਾਰੀ ਦੋ ਅਧਿਕਾਰੀਆਂ ਨੂੰ ਪਤਾ ਲੱਗੀ ਤੇ ਉੱਥੇ ਉਹਨਾਂ ਨੇ ਜਿਹੜਾ ਕਾਰਵਾਈ ਉਹਦੇ ਵਿਰੁੱਧ ਕਰ ਦਿੱਤੀ ਸਕੂਲ ਪ੍ਰਸ਼ਾਸਨ ਨੇ। ਤੇ ਇਹਦੇ ਬਾਰੇ ਜਿਹੜਾ ਹੈਗਾ ਲੋਕਲ ਜਿਹੜਾ ਹੈਗਾ ਪੱਧਰ ਉੱਤੇ ਜਿਹੜਾ ਹੈਗਾ ਮਾਮਲਾ ਕਾਫੀ ਉਭਰਿਆ ਹੋਇਆ ਹੈਗਾ। ਹਾਲ ਦੀ ਘੜੀ ਅਸਾਮ ਦੇ ਹੋ ਗਿਆ ਜਾਂ ਇਸ ਤਰ੍ਹਾਂ ਦੇ ਸੂਬੇ ਜਿੱਥੇ ਘੱਟੋ ਘੱਟ BJP ਦਾ ਰਾਜ ਆ, ਉੱਥੇ ਮੁੱਦਿਆਂ ਨੂੰ ਕਾਫੀ ਵੱਡੇ ਪੱਧਰ ਤੇ ਉਭਾਰਿਆ ਜਾਂਦਾ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਇਸ ਤਰ੍ਹਾਂ ਦੇ ਸੈਂਸਿਟਿਵ ਇਲਾਕੇ ਮੁੱਦਿਆਂ ਨੂੰ ਕਾਫੀ ਹੱਦ ਤੱਕ ਵਧਾਵਾ ਦਿੱਤਾ ਗਿਆ ਸੀ। ਸੋ ਤੁਸੀਂ ਦੇਖੋ ਕਿ ਇਸ ਹੁਣ ਐਂ ਲੱਗਦਾ ਕਿ ਦੇਖੋ ਜਿਵੇਂ ਮੁਲਕ ਦੀ ਨਾ ਅਰਥ ਵਿਵਸਥਾ ਦਾ ਬੁਰਾ ਹਾਲ ਹੈ, ਖਚੂਮਰ ਨਿਕਲਿਆ ਹੋਇਆ, ਸਾਡੇ ਮੁਲਕ ਦੇ ਹੋਰ ਜਿਹੜੇ ਮੁੱਦੇ ਨੇ ਉਹ ਗਾਉਣ ਹੋ ਚੁੱਕੇ ਨੇ, ਤੇ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਕਿ ਜਿਹਨਾਂ ਦਾ ਕੋਈ ਸਰੋਕਾਰ ਹੀ ਨਹੀਂ ਹੈਗਾ ਲੁਕਾਈ ਦੇ ਨਾਲ, ਉਹਨਾਂ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਤਾਂ ਜੋ ਕਿ ਲੋਕਾਂ ਦੇ ਅਸਲ ਮੁੱਦੇ ਗਾਇਬ ਹੋ ਜਾਣ। ਹੁੰਦਾ ਕੀ ਹੈ ਕਿ ਨਹੀਂ ਤਾਂ ਲੋਕ ਖੁਦ ਕਹਿੰਦੇ ਨੇ ਵੀ ਸਾਨੂੰ ਇਹੋ ਜਿਹੇ ਮੁੱਦਿਆਂ ਦੀ ਲੋੜ ਨੀ ਭਾਈ, ਤੁਸੀਂ ਸਾਡੇ ਜਿਹੜੇ ਹੈਗੇ ਆ ਮੁੱਦਿਆਂ ਉੱਤੇ ਗੱਲ ਕਰੋ। ਇੱਥੇ ਕਹਾਣੀ ਬਿਲਕੁਲ ਉਲਟ ਹੈ ਜਸਵੀ, ਇੱਥੇ ਐਂ ਲੱਗਦਾ ਕਿ ਲੋਕਾਂ ਨੂੰ ਵੀ ਇੱਕ ਭੀੜ ਦਾ ਅੰਗ ਬਣਾ ਲਿਆ ਗਿਆ, ਤੇ ਲੋਕ ਵੀ ਲੋਕਾਂ ਲਈ ਵੀ ਜਿਹੜਾ ਆਪਣੇ ਰੁਜ਼ਗਾਰ ਦੇ ਮੁੱਦੇ, ਆਪਣੀ ਬੇਕਾਰੀ ਦੇ ਮੁੱਦੇ, ਬੇਰੁਜ਼ਗਾਰੀ ਦੇ ਮੁੱਦੇ, ਉਹ ਅਹਿਮ ਨਹੀਂ ਰਹੇ। ਇਸ ਤਰ੍ਹਾਂ ਦੇ ਮੁੱਦੇ ਅਹਿਮ ਰਹੇ ਆ ਵੀ ਫਲਾਣੇ ਧਰਮ ਤੋਂ ਸਾਨੂੰ ਖਤਰਾ, ਤੇ ਇਹ ਧਰਮ ਦਾ ਮਲੀਆ ਮੇਟ ਜਿਹੜਾ ਹੈਗਾ ਸਾਡੇ ਮੁਲਕ ਦਾ ਇੱਕ ਵੱਡਾ ਆਗੂ ਕਰ ਰਿਹਾ, ਤੇ ਅਸੀਂ ਇਸ ਵਿੱਚ ਖੁਸ਼ ਹਾਂ ਜੀ। ਬਿਲਕੁਲ ਜੀ, ਸੋ ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੇ ਵਿੱਚ ਹੀ ਲੋਕਾਂ ਨੂੰ ਉਲਝਾਇਆ ਜਾਂਦਾ ਹੈ ਅਤੇ ਲੋਕ ਉਲਝ ਵੀ ਰਹੇ ਨੇ ਲਗਾਤਾਰ। ਸੋ ਲੋਕਾਂ ਨੂੰ ਆਪਣੀ ਮਾਨਸਿਕਤਾ ਵੀ ਕਿਤੇ ਨਾ ਕਿਤੇ ਬਦਲਣੀ ਪਏਗੀ, ਪਰ ਗੱਲ ਤਾਂ ਉਹੀ ਹੈ ਨਾ ਕਿ ਬਦਲੇਗੀ ਤਾਂ ਜੇ ਉਹਨਾਂ ਨੂੰ ਮੌਕਾ ਮਿਲੇਗਾ, ਪਰ ਸਾਡੇ ਇੱਥੇ ਜਿਹੜਾ ਸਿਸਟਮ ਹੈ ਉਹੀ ਇਸ ਤਰ੍ਹਾਂ ਦਾ ਬਣਿਆ ਪਿਆ ਕਿ ਉਹ ਉਸ ਮਾਨਸਿਕਤਾ ਤੋਂ ਬਾਹਰ ਹੀ ਨਹੀਂ ਆ ਪਾ ਰਹੇ ਹਨ। ਸੋ ਇੱਦਾਂ ਦੇ ਵਿੱਚ ਲੋਕਾਂ ਦੇ ਮੁੱਦਿਆਂ ਦੀ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਅਤੇ ਲੋਕਾਂ ਦੇ ਮੁੱਦਿਆਂ 'ਚੋਂ ਅੱਜ ਕੱਲ੍ਹ ਇੱਕ ਮੁੱਦਾ ਬੜਾ ਭਖਿਆ ਹੋਇਆ ਲਗਾਤਾਰ,
ਉਹ ਹੈ ਜੀ ਪ੍ਰਦੂਸ਼ਣ ਦਾ, ਪਰਾਲੀ ਦਾ ਜਿਹਦੇ ਵਿੱਚ ਵਾਰ ਵਾਰ ਜ਼ਿਕਰ ਆ ਜਾਂਦਾ ਹੈ, ਜਾਂ ਕਣਕ ਦੀ ਨਾੜ ਕਹਿ ਲਓ ਕਿ ਉਸ ਦਾ ਵਾਰ ਵਾਰ ਜ਼ਿਕਰ ਆ ਜਾਂਦਾ ਹੈ, ਕਿਸਾਨਾਂ ਨੂੰ ਵਾਰ ਵਾਰ ਦੋਸ਼ੀ ਵੀ ਠਹਿਰਾਇਆ ਜਾਂਦਾ, ਕਿਸਾਨ ਜਥੇਬੰਦੀਆਂ ਦੇ ਵੀ ਵੱਖੋ ਵੱਖ ਰਿਐਕਸ਼ਨਸ ਹੈ ਉਹਨਾਂ ਗੱਲਾਂ ਨੂੰ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹਨ। ਸੋ ਇਸ ਮਸਲੇ ਦੌਰਾਨ ਤੁਹਾਡਾ ਕੀ ਕਹਿਣਾ ਜੀ, ਜਿਹੜਾ ਵਾਰ ਵਾਰ ਕਿਸਾਨਾਂ ਨੂੰ ਘੇਰਿਆ ਜਾਂਦਾ ਹੈ ਜਾਂ ਸਰਕਾਰਾਂ ਵੱਲੋਂ ਵੀ ਜਾਂ ਬਾਕੀ ਸੰਗਠਨਾਂ ਵੱਲੋਂ ਵੀ? ਜੀ ਪਹਿਲੀ ਗੱਲ ਤਾਂ ਇਹ ਕਿ ਮੁੱਦਾ ਕਾਫੀ ਗੰਭੀਰ ਹੈ। ਬਿਲਕੁਲ ਜੀ, ਇੱਕਦਮ ਨਹੀਂ ਗੱਲ ਹੋ ਸਕਦੀ ਪਿਛਲੇ ਜਿਹੜੀਆਂ ਘਟਨਾਵਾਂ ਵਾਪਰੀਆਂ, ਹਾਲਾਂਕਿ ਆ ਪਿੱਛੇ ਜਿਹੜੀ ਬੱਚੀ ਵਾਲੀ ਘਟਨਾ ਵਾਪਰੀ ਆ, ਜਮਹੂਰੀ ਅਧਿਕਾਰ ਸਭਾ ਨੇ ਇੱਕ ਉਹਦਾ ਨਵਾਂ ਐਂਗਲ ਲਿਆਂਦਾ ਵੀ ਉਹਦੇ ਵਿੱਚ ਜਿਹੜਾ ਕਿਸਾਨਾਂ ਦਾ ਦੋਸ਼ੀ ਨਹੀਂ, ਉੱਥੇ ਕੋਈ ਲੋਕਲ ਕਾਰਨ ਸੀਗੇ ਰਹੇ ਹੋਏ ਕਿ ਨਿੱਜੀ ਰੰਜਿਸ਼ ਦਾ ਕਾਰਨ ਇਹ ਜਮਹੂਰੀ ਅਧਿਕਾਰ ਸਭਾ ਨੇ ਕੁਛ ਦਿਨ ਪਹਿਲਾਂ ਲਿਆਂਦਾ ਫਿਲਹਾਲ। ਲੇਕਿਨ ਪਰਾਲੀ ਨੂੰ ਅੱਗ ਲਾਉਣਾ ਬਿਲਕੁਲ ਗਲਤ ਹੈ, ਮਤਲਬ ਉਹ ਨਹੀਂ ਹੋਣਾ ਚਾਹੀਦਾ। ਪਰ ਹੁਣ ਸਵਾਲ ਹੈ ਕਿ ਸਾਡੀਆਂ ਸਰਕਾਰਾਂ ਨੇ ਸਾਡੇ ਖੇਤੀ ਲਈ ਜਿਹੜਾ ਹੈਗਾ ਇਹਦੇ ਲਈ ਫਿਰ ਕਿਸਾਨ ਹੀ ਕਿਉਂ ਦੋਸ਼ੀ? ਖੇਤੀ ਲਈ ਜਿਹੜਾ ਬਦਲਵੇਂ ਪ੍ਰਬੰਧ ਬਦਲਵਾਂ ਮਾਡਲ ਉਹ ਕੀ ਦਿੱਤਾ ਹੋਇਆ? ਸਾਡੀ ਮੌਜੂਦਾ ਸਰਕਾਰ ਕਹਿੰਦੀ ਹੈ ਤੁਸੀਂ ਜੀ ਫਲਾਣੀ ਫਸਲ ਉੱਤੇ ਖੇਤੀ ਕਰ ਲਓ, ਅਸੀਂ ਇਹਦੇ ਤੇ ਨਾ ਤੁਹਾਨੂੰ MSP ਦੇ ਦਾਂਗੇ। ਪਰ ਸਵਾਲ ਹੈ ਕਿ ਉਹ ਫਸਲ ਸਾਰੇ ਕਿਤੇ, ਪਹਿਲੀ ਗੱਲ ਤਾਂ ਲਿਖੀ ਕੋਈ ਉਹ ਨਹੀਂ ਦਿੱਤਾ, ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ। ਮੂੰਹ ਤਾਂ ਉਰੇ ਮੋਦੀ ਨੇ ਵੀ ਬਹੁਤ ਸਾਰੇ ਮੁੱਦੇ ਉੱਤੇ ਕੋਈ ਅਧਿਕਾਰਕ ਤੌਰ ਤੇ ਕਿਸਾਨ ਮੰਗ ਕਰ ਰਿਹਾ ਵੀ ਆਪਣਾ ਨੋਟੀਫਿਕੇਸ਼ਨ ਜਾਰੀ ਕਰੋ। ਦੂਜੀ ਚੀਜ਼ ਇਹ ਹੈਗੀ ਹੈ ਕਿ ਸਾਰੀਆਂ ਫਸਲਾਂ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਨਹੀਂ ਹੋ ਸਕਦੀਆਂ। ਆਪਣੇ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ, ਉਹਨੇ ਕਾਫੀ ਨਾ 18 ਘੱਟੋ ਘੱਟ ਸ਼ਾਇਦ ਜੇ ਮੈਂ ਗਲਤ ਨਾ 18 ਜ਼ੋਨਾਂ ਚ ਵੰਡਿਆ ਹੋਇਆ ਪੰਜਾਬ ਨੂੰ ਵੀ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਕਿਹੜੀ ਫਸਲ ਹੋ ਸਕਦੀ ਹੈ, ਕਿਹੜੇ ਚ ਕਿਹੜੀ ਹੋ ਸਕਦੀ ਆ। ਤੁਸੀਂ ਉਸ ਹਿਸਾਬ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਰਾਇਤ ਦਿਓ ਤੇ ਫਿਰ ਜਿਹੜਾ ਇਹਦਾ ਬਦਲ ਹੋ ਸਕਦਾ ਹੈਗਾ। ਦੂਸਰੀ ਜਿਹੜੀ ਚੀਜ਼ ਹੈ ਜਿਹੜਾ ਤੁਸੀਂ ਪੋਲਿਊਸ਼ਨ ਦਾ ਮੁੱਦਾ ਹੀ ਉਠਾ ਰਹੇ ਨੇ, ਦੇਖੋ ਪੋਲਿਊਸ਼ਨ ਇਕੱਲਾ ਪਹਿਲੀ ਗੱਲ ਤਾਂ ਹੈਗੀ ਹੈ ਕਿ ਕੌਮਾਂਤਰੀ ਗ੍ਰੀਨ ਟ੍ਰਿਬਿਊਨਲ ਨੇ ਜਿਹੜੀਆਂ ਗਾਈਡਲਾਈਨ ਸੂਬਾ ਸਰਕਾਰਾਂ ਲਈ, ਪੰਜਾਬ ਸਰਕਾਰ ਵੀ ਆਉਂਦੀ ਹੈ ਉਹਦੇ ਵਿੱਚ, ਕੇਂਦਰ ਸਰਕਾਰ ਵੀ ਆਉਂਦੀ, ਉਹਨਾਂ ਲਈ ਜਾਰੀ ਕੀਤੀਆਂ, ਕੀ ਇਹਨਾਂ ਨੇ ਖੁਦ ਕਦੇ ਉਸ ਉੱਤੇ ਅਮਲ ਕੀਤਾ? ਇੱਕ ਤਾਂ ਇਹ ਸਵਾਲ ਹੈ। ਦੂਜਾ ਸਵਾਲ ਹੈ ਕਿ ਪਰਾਲੀ ਨੂੰ ਤਾਂ ਪਹਿਲਾਂ ਵੀ ਲੱਗਦੀਆਂ ਰਹੀਆਂ ਸੀਗੀਆਂ, ਆਹੀ ਆਹੀ ਟਾਈਮ ਦੇ ਵਿੱਚ ਜਿਹੜਾ ਆਹ ਟਾਈਮ ਆਇਆ ਜਦੋਂ ਆਹ ਗਵਰਨਮੈਂਟ ਦਾ, ਇਹਨੇ ਇੱਕਦਮ ਇਹ ਮੁੱਦੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਉਭਰਿਆ ਵੀ ਦੇਖੋ ਜੀ ਐਂ ਹੋ ਗਿਆ ਐਂ ਹੋ ਗਿਆ। ਅਜੇ ਤੱਕ ਕੋਈ ਰਿਸਰਚ ਨਹੀਂ ਆਈ ਹੈਗੀ ਵੀ ਸਿਰਫ ਤੇ ਸਿਰਫ ਪੋਲਿਊਸ਼ਨ ਦਾ ਵੱਡਾ ਕਾਰਨ ਪਰਾਲੀ ਨੂੰ ਅੱਗ ਲਾਉਣਾ ਹੀ ਹੈਗਾ ਤੇ ਧਰਤੀ ਦਾ ਨੁਕਸਾਨ ਹੁੰਦਾ ਵੀ ਪਰਾਲੀ ਨੂੰ ਜਿਹੜਾ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਾ ਉਹ ਹੈਗਾ, ਇਹਦੇ ਬਾਰੇ ਕੋਈ ਵੱਡੀ ਉਸ ਤਰ੍ਹਾਂ ਦੀ ਰਿਸਰਚ ਨਹੀਂ। ਤੇ ਦੂਜੇ ਪਾਸੇ ਇਹਦੇ ਵਿੱਚ ਜਿਹੜੀ ਨੋਟ ਕਰਨ ਵਾਲੀ ਗੱਲ ਜਸਪ੍ਰੀਤ ਤੋਂ ਇਹ ਵੀ ਹੈਗੀ ਹੈ ਕਿ ਇੱਕ ਤਾਂ ਹੈਗਾ ਕਿ ਜਿਵੇਂ ਗਵਰਨਮੈਂਟ ਹੈ ਜਿਹੜੀ ਗਵਰਨਮੈਂਟ ਜਿਸ ਤਰ੍ਹਾਂ ਦੇ ਹੱਥਕੰਡੇ ਅਪਣਾਉਣ ਲੱਗੀ ਹੋਈ ਹੈ, ਤੇ ਦੂਜੇ ਪਾਸੇ ਜਿਹੜਾ ਬਦਲਵਾਂ ਮਾਡਲ ਤੁਸੀਂ ਕੋਈ ਦੇ ਨਹੀਂ ਰਹੇ ਹੈਗੇ। ਫਿਰ ਜਿਹੜਾ ਜਿਹੜਾ ਸਭ ਤੋਂ ਵੱਡਾ ਪ੍ਰਦੂਸ਼ਣ ਆਉਂਦਾ ਉਹ ਆਉਂਦਾ ਹੈਗਾ ਸਾਡੇ ਜਿਹੜੇ ਇੰਡਸਟਰੀਅਲ ਨੇ ਨਾ, ਜਿਹੜੇ ਜਿਹੜੀਆਂ ਫੈਕਟਰੀਆਂ ਦੇ ਵਿੱਚੋਂ ਗੰਦਾ ਧੂੰਆਂ ਨਿਕਲਦਾ, ਉਹਦੇ ਵਿੱਚੋਂ ਗੰਦਾ ਪਦਾਰਥ ਨਿਕਲਦਾ ਉਹਦਾ। ਤੇ ਤੁਸੀਂ ਕਰ ਲਓ ਲੁਧਿਆਣੇ ਵਿੱਚ ਜਿਹੜਾ ਹੈਗਾ ਆਪਣਾ, ਤੁਸੀਂ ਵੀ ਲੁਧਿਆਣੇ ਰਹਿ ਕੇ ਆਏ ਹੋ, ਤੁਹਾਡਾ ਤਜਰਬਾ ਆਪਣਾ ਲੁਧਿਆਣੇ ਦਾ ਵੀ ਆ, ਲੁਧਿਆਣੇ ਵਿੱਚ ਤੁਸੀਂ ਵੱਡੇ ਵੱਡੇ ਇੰਡਸਟਰੀਅਲ ਦੇ ਉੱਤੇ ਉਹਨਾਂ ਨੂੰ ਕਸੋ, ਉਹਨਾਂ ਦੀ ਚੂੜੀ ਕਸੋ, ਫਿਰ ਜਿਹੜਾ ਤੁਹਾਨੂੰ ਪਤਾ ਲੱਗ ਜਾਊਗਾ। ਤੇ ਦੂਜਾ ਬੰਨਾ ਜਿਹੜਾ ਹੈਗਾ ਵੀ ਮੇਨ ਜਿਹੜਾ ਪ੍ਰਦੂਸ਼ਣ ਹੈ ਨਾ ਸਭ ਤੋਂ ਵੱਡਾ, ਇਹ ਭਾਰਤ ਵਿੱਚ ਵੱਖ ਵੱਖ ਸਮੇਂ ਤੇ ਹੋਈ ਹੋਈ ਰਿਸਰਚ ਦੱਸ ਰਹੀ ਹੈ ਕਿ ਭਾਈ ਇਹਦਾ ਮੇਨ ਕਾਰਨ ਜਿਹੜਾ ਹੈਗਾ ਇੰਡਸਟਰੀਅਲ ਪ੍ਰਦੂਸ਼ਣ। ਤੁਸੀਂ ਜਿਹੜੇ ਵੱਡੇ ਵੱਡੇ ਸਰਮਾਏਦਾਰ ਨੇ, ਫੈਕਟਰੀਆਂ ਦੇ ਮਾਲਕ ਨੇ, ਉਹਨਾਂ ਨੂੰ ਰਾਜ ਸਭਾ ਦੇ ਵਿੱਚ ਨਿਵਾਜ ਰਹੇ ਹੋ, ਇੱਥੇ ਜਿਹੜਾ ਦੋਗਲਾਪਣ ਜਿਹੜਾ ਦਿਖਾਈ ਦਿੰਦਾ ਹੈਗਾ ਸਰਕਾਰ ਦਾ। ਤੇ ਤੀਸਰੀ ਇੱਕ ਅਹਿਮ ਗੱਲ ਇਹ ਹੈ ਕਿ ਜਿਹੜੀ ਮੈਂ ਦੱਸਣਾ ਚਾਹੁੰਦਾ ਕਿ ਦੇਖੋ ਇਸ ਵਕਤ ਸਰਕਾਰ ਜਾਂ ਦਾ ਸੁਭਾਅ ਕਿਤੇ ਨਾ ਕਿਤੇ ਰਾਈਟ ਵਿੰਗ ਜਿਹੜਾ ਹੈਗਾ ਉਹ ਆਪਾਂ ਨੂੰ ਪਤਾ। ਤੇ ਮੈਨੂੰ, ਮੈਂ ਜਦੋਂ ਇੱਕ ਕਾਰਵਾਂ ਚ ਪਿਛਲੇ ਸਟੋਰੀ ਕੀਤੀ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਜਰਨੀ ਉੱਤੇ, ਤਾਂ ਮੈਨੂੰ ਪੰਜਾਬ ਦੇ ਇੱਕ ਅਹਿਮ ਵਿਦਵਾਨ ਹੈਗੇ ਨੇ ਪ੍ਰੋਫੈਸਰ ਬਾਬਾ ਸਿੰਘ, ਉਹਨਾਂ ਦਾ ਕਹਿਣਾ ਸੀਗਾ ਕਿ ਇਹ ਲਗਭਗ ਨਾ ਇਹਨਾਂ ਦਾ ਕਰੈਕਟਰ ਇਸ ਤਰ੍ਹਾਂ ਦਾ, ਇਹਨਾਂ ਨੇ ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਕਰਨੀ ਹੈ ਵੀ ਲੋਕਾਂ ਦੇ ਵਿਰੁੱਧ, ਪੰਜਾਬ ਦੀਆਂ ਸੰਘਰਸ਼ੀਲ ਜਥੇਬੰਦੀਆਂ ਦੇ ਵਿਰੁੱਧ ਲੋਕਾਂ ਨੂੰ ਖੜਾ ਕਰ ਦੇਣਾ ਹੈਗਾ, ਕਿਵੇਂ ਨਾ ਕਿਵੇਂ ਆਪਣੇ IT ਸੈੱਲ ਰਾਹੀਂ ਨੈਰੇਟਿਵ ਚਲਾ ਕੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ, ਜੋ ਕਿ ਹੋ ਵੀ ਰਿਹਾ। ਹੁਣ ਤੁਸੀਂ ਦੇਖੋ ਕਿ ਇਸ ਮੁੱਦੇ ਉੱਤੇ ਜਿਸ ਤਰ੍ਹਾਂ ਦੀਆਂ ਪਿੱਛੇ ਸੋਸ਼ਲ ਮੀਡੀਆ ਤੇ ਦੇਖਿਆ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕੀਤਾ ਗਿਆ, ਇੱਥੋਂ ਸਿਰਫ ਕਿਸਾਨ ਜਥੇਬੰਦੀਆਂ ਤੱਕ ਹੀ ਗੱਲ ਨਹੀਂ ਰਹੀ, ਜਿਹੜੇ ਅਧਿਆਪਕ ਹੱਕ ਮੰਗਦੇ ਨੇ ਉਹਨਾਂ ਵਿਰੁੱਧ ਵੀ ਨੈਰੇਟਿਵ ਚਲਾਇਆ ਗਿਆ, ਦੇਖੋ ਜੀ ਤਾਂ ਐਵੇਂ ਹੋਈ ਪ੍ਰਦਰਸ਼ਨ ਕਰੀ ਜਾਂਦੇ ਨੇ ਫਲਾਨਾ। ਇਹ ਅਸਲ ਵਿੱਚ ਨਾ ਇਸ ਸਮੇਂ ਜਦੋਂ ਵਿਰੋਧੀ ਧਿਰਾਂ ਕਮਜ਼ੋਰ ਨੇ ਨਾ, ਪੰਜਾਬ ਦੇ ਵਿੱਚ ਸੰਘਰਸ਼ਸ਼ੀਲ ਜਥੇਬੰਦੀਆਂ ਹੀ ਇੱਕ
ਵਧੀਆ ਭੂਮਿਕਾ ਨਿਭਾ ਰਹੀਆਂ ਹੈਗੀਆਂ ਵਿਰੋਧੀ ਦਲ ਦਾ ਤੇ ਇਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਆ ਤਾਂ ਜੋ ਕਿ ਇਹ ਕੁਛ ਜਿਹੜਾ ਹੈਗਾ ਹੋਰ ਨਾ ਕਰ ਸਕਣ, ਵੀ ਸਰਕਾਰ ਦਾ ਰਾਹ ਨਾ ਡੱਕ ਸਕਣ। ਤੇ ਇਹ ਤਮਾਮ ਜਿਹੜੀਆਂ ਚੀਜ਼ਾਂ ਨੇ ਇਹਦੇ ਤੇ ਵਿਚਾਰ ਕਰਨੀ ਪੈਂਦੀ ਹੈ, ਲੋਕਾਂ ਨੂੰ ਖੁਦ ਵਿਚਾਰ ਕਰਨੀ ਪੈਂਦੀ ਹੈ, ਕਿਉਂਕਿ ਜੇ ਇਸ ਮੁੱਦੇ ਦੇ ਉੱਤੇ ਜੇ ਇੱਦਾਂ ਹੀ ਲੋਕਾਂ ਨੂੰ ਲੋਕ ਪੱਖੀ ਜਥੇਬੰਦੀਆਂ ਦੇ ਵਿਰੁੱਧ ਖੜਾ ਕਰ ਦਿੱਤਾ ਜਾਵੇ ਨਾ, ਤੇ ਤੁਸੀਂ ਇਹ ਉਹੀ ਤਰ੍ਹਾਂ ਦਾ ਨੈਰੇਟਿਵ ਆ ਜਿਵੇਂ ਮੁਲਕ ਦੇ ਵਿੱਚ ਬੀਜੇਪੀ ਹੈ ਉਹ ਜਿਹੜਾ ਆਮ ਬੰਦਿਆਂ ਨੂੰ ਖੜਾ ਕਰ ਰਹੀ ਹੈਗੀ ਆ। ਦੇਖੋ ਹੁਣ ਜਿਵੇਂ ਝੋਨੇ ਦੀ ਬਿਜਾਈ ਬਾਰੇ ਕਹਿ ਰਿਹਾ ਸੀ ਵੀ ਸਿੱਧੀ ਬਿਜਾਈ ਕੀਤੀ ਜਾਵੇ, ਅਜੇ ਤੱਕ ਕੋਈ ਵੀ ਇਹੋ ਜਿਹਾ ਨਾ ਵਿਗਿਆਨਿਕ ਤੌਰ ਤੇ ਸਰਵੇ ਨਹੀਂ ਆਇਆ ਜਸਪ੍ਰੀਤ ਜਿਹਦੇ ਵਿੱਚ ਸਾਹਮਣੇ ਆਇਆ ਹੋਵੇ ਵੀ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਆ ਉਹਦੇ ਨਾਲ ਪਾਣੀ ਦੀ ਬਚਤ ਹੁੰਦੀ ਆ। ਬਿਲਕੁਲ ਤੇ ਦਾਅਵੇ 80% ਦੇ ਹੁੰਦੇ ਨੇ, ਪਰ ਹਾਲਾਂਕਿ ਕਿਸੇ ਵੀ ਵਿਗਿਆਨਿਕ ਤੌਰ ਉੱਤੇ ਇਹ ਨਹੀਂ ਮੰਨਣਾ ਹੈਗਾ ਕਿ ਕਿਤੇ ਵੀ ਪ੍ਰਕਾਰ ਦੀ ਉਹਦੇ ਨਾਲ ਹੁੰਦੀ ਹੈ ਬਚਤ ਹੁੰਦੀ ਹੈ। ਦੂਜੇ ਪਾਸੇ ਜਿਵੇਂ ਮੈਂ ਦੱਸਿਆ ਕਿ ਝੋਨੇ ਦੀ ਜਿਹੜੀ ਪਰਾਲੀ ਤੇ ਕਣਕ ਦੇ ਕਚਰੇ ਦੇ ਸਾੜਨ ਨਾਲ ਵਾਤਾਵਰਨ ਤੇ ਧਰਤੀ ਦੀ ਸਿਹਤ ਦਾ ਨੁਕਸਾਨ ਹੋ ਸਕਦਾ, ਪਰ ਇਹਨਾਂ ਦਾ ਵਾਤਾਵਰਨ ਗੰਦਲਾ ਕਰਨ ਅੰਦਰ ਕੀ ਕਿੰਨਾ ਯੋਗਦਾਨ ਆ ਇਹਦੇ ਬਾਰੇ ਵੀ ਹਾਲੇ ਕੋਈ ਰਿਸਰਚ ਨਹੀਂ ਹੋਈ ਹੈਗੀ। ਸੋ ਇਹ ਤਮਾਮ ਮੁੱਦੇ ਵਿਚਾਰੇ ਜਾਣੇ ਚਾਹੀਦੇ ਨੇ, ਖਾਸ ਕਰਕੇ ਉਹ ਚੀਜ਼ ਨੂੰ ਸਾਹਮਣੇ ਰੱਖਣਾ ਚਾਹੀਦਾ ਵੀ ਜਿਹੜਾ ਕਿਸਾਨ ਇਕੱਲੇ ਨਹੀਂ ਬਲਕਿ ਇਹਦੇ ਲਈ ਪੂਰਾ ਸਿਸਟਮ ਬੰਦਿਆ ਹੋਇਆ। ਸਾਡੀਆਂ ਸਰਕਾਰਾਂ ਨੇ ਕੋਈ ਖੇਤੀ ਦਾ ਆਲਟਰਨੇਟ ਬਦਲ ਹੀ ਨਹੀਂ ਤਿਆਰ ਕੀਤਾ ਹੈਗਾ, ਜਦੋਂ ਤੱਕ ਸਾਡੇ ਕੋਲ ਬਦਲ ਤਿਆਰ ਨਹੀਂ ਹੈਗਾ ਉਹਨਾਂ ਚਿਕਰ ਫਿਰ ਇਹ ਸਾਰੀ ਜਿਹੜੀ ਹੈਗੀ ਆ ਕਹਾਣੀ ਕਿਸਾਨ ਜਥੇਬੰਦੀਆਂ ਸਿਰ ਕਿਉਂ ਸਿੱਟੀ ਜਾਵੇ। ਜੀ ਜੀ ਬਿਲਕੁਲ ਜੀ, ਉੱਧਰ ਕਿਸਾਨ ਜਥੇਬੰਦੀਆਂ ਦੇ ਵੀ ਦੇਖਦੇ ਹਾਂ ਅਸੀਂ ਕਿ ਅੱਡੋ ਅੱਡੀ ਰਿਐਕਸ਼ਨ ਆਉਂਦੇ ਨੇ, ਕੋਈ ਭਾਵੇਂ ਹਾਂ ਪੱਖੀ ਵੀ ਜਾਂਦੇ ਆ ਪਰ ਉਹ ਵੀ ਆਪਦੀ ਜਿਹੜੇ ਹਨ ਜ਼ਿੱਦ ਦੇ ਉੱਤੇ ਕਹਿ ਕੇ ਬਜਿੱਦ ਹੋਏ ਹੁੰਦੇ ਨੇ। ਸੋ ਕਾਫ਼ੀ ਜਿਹੜੇ ਇਹ ਨੇ ਗੁੰਝਲਦਾਰ ਜਿਹੜੀ ਇਹ ਸਮੱਸਿਆ ਹੈ, ਇਸੇ ਕਰਕੇ ਸ਼ਾਇਦ ਇਹਦੇ ਕੋਈ ਪੱਕਾ ਆਪਾਂ ਨੂੰ ਹੱਲ ਵੀ ਨਹੀਂ ਮਿਲ ਪਾ ਰਿਹਾ ਹੈ। ਸੋ ਕਾਫ਼ੀ ਇਹ ਸਮੱਸਿਆ ਹੈ ਜੀ, ਜਿਹਦੇ ਬਾਰੇ ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਜਿਹੜਾ ਹੈ ਗੱਲਬਾਤ ਕਰਨੀ ਹੀ ਬਹੁਤ ਜ਼ਰੂਰਤ ਹੈ ਜੀ। ਅਤੇ ਹੁਣ ਆਪਾਂ ਅਗਲੀ ਜਿਹੜੀ ਗੱਲਬਾਤ ਕਰਾਂਗੇ ਜੀ ਉਹ ਕਰਾਂਗੇ ਜੀ ਪੰਜਾਬ ਦੀ ਸਿਆਸਤ ਦੀ, ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਬਹੁਤ ਕੁਛ ਹੋ ਰਿਹਾ, ਖਾਸ ਕਰਕੇ ਜੇ ਅਸੀਂ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ। ਸੋ ਪੰਜਾਬ ਦੀ ਸਰਕਾਰ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਕਦੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਰਕਾਰ ਸੀਗੀ ਤਾਂ ਜਦੋਂ ਇਹ ਸੁਰੱਖਿਆ ਬਲਾਂ ਦੀ ਮੰਗ ਕਰਦੇ ਸੀ ਜਾਂ ਨੈਸ਼ਨਲ ਸਿਕਿਉਰਿਟੀ ਦਾ ਸਵਾਲ ਖੜਾ ਕਰਦੇ ਸੀ ਤਾਂ ਕਾਫ਼ੀ ਜਿਹੜਾ ਹੈ ਉਹਨਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਸੀਗਾ ਅਤੇ ਕਾਫ਼ੀ ਅਟੈਕ ਕੀਤਾ ਜਾਂਦਾ ਸੀਗਾ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ। ਪਰ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹ ਖੁਦ ਜਾ ਕੇ ਜਿਹੜਾ ਹੈ ਅਰਧ ਸੈਨਿਕ ਬਲਾਂ ਦੀ ਮੰਗ ਕਰਦੇ ਹਨ, ਕਿਵੇਂ ਹੈ ਜੀ ਇਹ ਮਸਲਾ, ਜ਼ਰਾ ਕਿਵੇਂ ਦੇਖਦੇ ਹੋ? ਦੇਖੋ ਮੇਰੇ ਜਿਸ ਤੱਕ ਮੇਰੀ ਯਾਦਾਸ਼ਤ ਕੰਮ ਕਰਦੀ ਹੈ ਜਸਪ੍ਰੀਤ ਦੇ ਵਿੱਚ ਹੈ ਕੀ ਹੈ ਕਿ ਆਮ ਆਦਮੀ ਪਾਰਟੀ ਨੇ ਸਦਾ ਹੀ ਸੋ ਕਾਲਡ ਨੈਸ਼ਨਲਿਜ਼ਮ ਨੈਸ਼ਨਲ ਸਿਕਿਉਰਿਟੀ ਇਹਨਾਂ ਦੇ ਮੁੱਦਿਆਂ ਦੇ ਉੱਤੇ ਨਾ ਉਹਦੀ ਪੋਜੀਸ਼ਨ ਕੈਪਟਨ ਅਮਰਿੰਦਰ ਸਿੰਘ ਵਾਲੀ ਤੇ ਬੀਜੇਪੀ ਵਾਲੀ ਹੀ ਰਹੀ ਹੈਗੀ ਆ। ਉਸ ਵੇਲੇ ਵੀ ਰਹੀ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੁੰਦਾ ਸੀ ਪੰਜਾਬ ਚ ਖਤਰਾ ਜੀ ਫਲਾਨਾ ਢਿੰਗੜਾ, ਲਗਭਗ ਹੁਣ ਵੀ ਹੈ। ਭਗਵੰਤ ਮਾਨ ਨੇ ਸੁਰੱਖਿਆ ਤੇ ਕਿਸਾਨੀ ਦੇ ਮੁੱਦੇ ਅਮਿਤ ਸ਼ਾਹ ਨਾਲ ਵਿਚਾਰੇ ਨੇ, ਪੰਜਾਬ ਨੂੰ ਨੀਮ ਫੌਜੀ ਬਲਾਂ ਦੀਆਂ 10 ਕੰਪਨੀਆਂ ਮਨਜ਼ੂਰ ਹੋ ਗਈਆਂ ਤੇ ਦੱਸਿਆ ਜਾ ਰਿਹਾ ਹੈਗਾ ਕਿ ਨੀਮ ਫੌਜੀ ਬਲਾਂ ਦੇ ਮਾਮਲੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਵਾ ਟੁਕੜੀਆਂ ਜ਼ਿਆਦਾ ਮੰਗੀਆਂ ਸੀਗੀਆਂ ਤੇ ਸਰਕਾਰ ਤੋਂ ਅਰਧ ਸੈਨਿਕ ਬਲਾਂ ਦੀਆਂ 30 ਕੰਪਨੀਆਂ ਤੈਨਾਤ ਕਰਨ ਦੀ ਗੱਲ ਦੱਸੀ ਮੰਗੀ ਸੀ ਤੇ 10 ਕੰਪਨੀਆਂ ਨੂੰ ਮਨਜ਼ੂਰੀ ਮਿਲ ਚੁੱਕੀ ਹੈਗੀ ਆ ਵੀ ਆ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਜੀ ਉਹ ਖਰਾਬ ਹੈ ਫਲਾਨਾ ਢੀਂਗੜਾ। ਪਹਿਲੀ ਗੱਲ ਤਾਂ ਹੈਗੀ ਹੈ ਕਿ ਅਮਨ ਕਾਨੂੰਨ ਦਾ ਮੁੱਦਾ ਨਾ ਪੰਜਾਬ ਦੇ ਵਿੱਚ ਧੱਕੇ ਨਾਲ ਹੀ ਖੜਾ ਕੀਤਾ ਜਾ ਰਿਹਾ ਤੇ ਜਿਹੜੇ ਮਤਲਬ ਹਾਲਾਂਕਿ ਪੰਜਾਬ ਉਹਨਾਂ ਸਾਰੇ ਸੂਬਿਆਂ ਨਾਲੋਂ ਇੱਕ ਤਰ੍ਹਾਂ ਨਾਲ ਸ਼ਾਂਤੀ ਵਾਲਾ ਜਿੱਥੇ ਕਦੇ ਗਊ ਰੱਖਿਆ ਦੇ ਪਿੱਛੇ ਕਤਲ ਹੋ ਜਾਂਦੇ ਜਿੱਥੇ ਕੋਈ ਫਿਰਕੂ ਘਟਨਾ ਹੁੰਦੀ ਆ, ਇੱਥੇ ਜਿਹੜੀ ਪਟਿਆਲੇ ਵਗੈਰਾ ਦੇ ਵਿੱਚ ਹੋਈ ਵੀ ਆ ਨਾ ਉਹ ਬੰਦੇ ਆਪ ਹੀ ਸਵਾਲਾਂ ਦੇ ਘੇਰੇ ਚ ਨੇ ਕਿਉਂਕਿ ਉਹਨਾਂ ਦਾ ਆਪ ਏਜੰਸੀਆਂ ਨਾਲ ਸੰਬੰਧ ਹੈਗਾ ਉਹਨਾਂ ਬੰਦਿਆਂ ਦਾ ਤੇ ਉਹ ਸਟੇਟ ਦੇ ਆਪਣੇ ਪਾਲੇ ਹੋਏ ਨੇ, ਪਰ ਲੋਕਾਂ ਵਿੱਚ ਆਪਸੀ ਭਾਈਚਾਰਾ ਲਗਾਤਾਰ ਸੈਂਟਰ ਵੱਲੋਂ ਇਹ ਨੈਰੇਟਿਵ ਖੜਾ ਕੀਤਾ ਜਾਂਦਾ ਰਿਹਾ ਜੀ ਪੰਜਾਬ 'ਚ ਖਾਲਿਸਤਾਨ ਆ ਫਲਾਨਾ। ਪੰਜਾਬ 'ਚ ਕੋਈ ਇਸ ਤਰ੍ਹਾਂ ਦਾ ਨੈਰੇਟਿਵ ਹੈ ਨਹੀਂ, ਜੇ ਹੁੰਦਾ ਤਾਂ ਕਹਾਣੀ ਕੁਛ ਹੋਰ ਹੁੰਦੀ ਤੇ ਲੋਕਾਂ ਦੇ ਵਿੱਚ ਆਪਸੀ ਜਿਹੜਾ ਭਾਈਚਾਰਾ ਸੈਂਟਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਆਪਣੀ ਦਖਲ ਅੰਦਾਜ਼ੀ ਕਰਨਾ ਚਾਹੁੰਦਾ, ਇਹਦੇ ਵਿੱਚ ਇਹਨੂੰ ਆਪਣੇ ਮੁਤਾਬਿਕ ਮੋੜਾ ਦੇਣਾ ਚਾਹੁੰਦਾ। ਇਹੀ ਪ੍ਰਵਚਨ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਰਿਹਾ ਨੈਸ਼ਨਲਿਜ਼ਮ ਦੇ ਮੁੱਦੇ ਦੇ ਉੱਤੇ, ਇਹੀ ਹਾਲ ਜਿਹੜਾ ਹੁਣ ਆਮ ਆਦਮੀ ਪਾਰਟੀ ਦਾ। ਤੇ ਤੁਸੀਂ ਦੇਖੋ ਨਾ ਵੀ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਸਿਕਿਉਰਿਟੀ ਲਈ ਕਹਿ ਰਹੀ ਆ ਕਿ ਜੀ ਕੇਜਰੀਵਾਲ ਦੀ ਜਾਨ ਨੂੰ ਖਾਲਿਸਤਾਨੀਆਂ ਤੋਂ ਖਤਰਾ, ਉਹ ਦਿੱਲੀ ਬੈਠਾ ਉਹਨੂੰ ਕਾਹਦਾ ਖਤਰਾ, ਤੇ ਉਹਨੂੰ ਅਸਲ ਦੀ ਸਿਕਿਉਰਿਟੀ ਦਿੱਤੀ ਜਾਵੇ ਤੇ ਅਸੀਂ ਵੀ ਦੇਣ ਨੂੰ ਤਿਆਰ ਹੈਗੇ ਹਾਂ।
ਤੇ ਹੁਣ ਸਵਾਲ ਇਹ ਹੈਗਾ ਕਿ ਇਹ ਸਾਰੀਆਂ ਕਹਾਣੀਆਂ ਕਿੱਧਰ ਨੂੰ ਜਾ ਰਹੀਆਂ। ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਦਾ ਨਾ ਜਿਹੜਾ ਨੈਸ਼ਨਲ ਮੁੱਦਿਆਂ ਦੇ ਉੱਤੇ ਜਿਹੜਾ ਕਰੈਕਟਰ ਹੈ, ਜੋ ਇਹਨਾਂ ਦੀ ਕੇਂਦਰੀ ਇਕਾਈ ਦਾ, ਕੇਜਰੀਵਾਲ ਐਂਡ ਕੰਪਨੀ ਦਾ, ਉਹੀ ਹੁਣ ਪੰਜਾਬ ਦੇ ਵਿੱਚ ਰਿਫਲੈਕਟ ਹੋ ਰਿਹਾ, ਦਿਖਾਈ ਦੇ ਰਿਹਾ ਹੈ। ਹਾਲਾਂਕਿ ਚਾਹੀਦਾ ਤੇ ਹੈਗਾ ਵੀ ਪੰਜਾਬ ਦੇ ਬਾਰੇ ਜਿਹੜਾ ਧਾਰਨਾਵਾਂ ਬਣਾਈਆਂ ਜਾ ਰਹੀਆਂ ਨੇ ਵੀ ਪੰਜਾਬ ਚ ਆਏ ਆ, ਉਹਦਾ ਵਿਰੋਧ ਕਰਨਾ ਚਾਹੀਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਨਹੀਂ ਪੰਜਾਬ ਇੱਕ ਸ਼ਾਂਤੀ ਪਸੰਦ ਸੂਬਾ। ਇਹ ਇੱਕ ਸਹੀ ਗੱਲ ਵੀ ਹੈ ਕਿ ਦੇਖੋ ਪੰਜਾਬ ਨੂੰ ਕੇਂਦਰ ਨੇ ਪਹਿਲਾਂ ਤਾਂ 50-50 ਕਿਲੋਮੀਟਰ ਵਾਲੇ ਦਾਇਰੇ ਦੇ ਵਿੱਚ ਵਧਾ ਕੇ ਕਬਜ਼ੇ ਵਿੱਚ ਲੈ ਲਿਆ ਇੱਕ ਤਰ੍ਹਾਂ ਨਾਲ, ਤੇ ਹੁਣ ਜਿਹੜਾ ਹੈਗਾ ਤੁਸੀਂ ਹੋਰ ਅਰਧ ਸੈਨਿਕ ਟੁਕੜੀਆਂ ਮੰਗ ਰਹੇ ਹੋ। ਇਹ ਕੀ ਇਹਨਾਂ ਟੁਕੜੀਆਂ ਰਾਹੀਂ ਤੁਸੀਂ ਲੋਕ ਪੱਖੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੁਚਲੋਂਗੇ? ਤੁਸੀਂ ਉਹਦੇ ਰਾਹੀਂ ਕੀ ਕਰੋਗੇ? ਮਾਹੌਲ ਜਿਹੜੇ ਮਾਹੌਲ ਖਰਾਬ ਕਰਨ ਦੀ ਗੱਲ ਕਰਦੇ, ਮਾਹੌਲ ਉਹਨੇ ਕੌਣ ਖਰਾਬ ਕਰ ਰਿਹਾ? ਉਹਨੇ ਤਾਂ ਕੀ ਤੁਸੀਂ ਜਿਹੜਾ ਹੈਗਾ ਉਹਨੇ ਕੋਈ ਅੱਤਵਾਦ ਦੀ ਲਹਿਰ ਨਹੀਂ, ਉਹਨੇ ਕੁਛ ਹੋਰ ਨਹੀਂ, ਕੀ ਤੁਸੀਂ ਉਹਦੇ ਸੰਘਰਸ਼ ਕਰ ਰਹੇ ਲੋਕਾਂ ਨੂੰ ਕਹਿ ਰਹੇ ਹੋ ਵੀ ਮਾਹੌਲ ਖਰਾਬ ਕਰ ਰਹੇ ਆ? ਸੰਘਰਸ਼ ਕਰ ਰਹੇ ਲੋਕ ਤਾਂ ਆਪਣਾ ਡੈਮੋਕਰੇਟਿਕ ਰਾਈਟ ਦੀ ਵਰਤੋਂ ਕਰ ਰਹੇ ਨੇ। ਜੇ ਸੰਘਰਸ਼ ਕਰਨੇ ਮਾੜੀ ਗੱਲ ਆ, ਫਿਰ ਤੁਹਾਡੀ ਜਿਹੜੀ ਆਪਣੀ ਪਾਰਟੀ ਆ ਆਮ ਆਦਮੀ ਪਾਰਟੀ, ਉਹ ਵੀ ਤਾਂ ਲੋਕ ਅੰਦੋਲਨਾਂ ਦੇ ਵਿੱਚੋਂ ਪੈਦਾ ਹੋਈ ਆ, ਉਹ ਵੀ ਗਲਤ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਖੜੇ ਨੇ। ਸਗੋਂ ਪੰਜਾਬ ਨੂੰ ਜਿਹੜਾ ਸੈਂਟਰ ਗਵਰਨਮੈਂਟ ਦਾ ਇੱਕ ਪ੍ਰਵਚਨ ਹੈ ਨਾ, ਉਹਦੇ ਮੂੰਹ ਚ ਧੱਕੇ ਨਾਲ ਦਿੱਤਾ ਜਾ ਰਿਹਾ। ਜੀ ਜੀ ਬਿਲਕੁਲ ਜੀ, ਇਹ ਬਾਰ ਬਾਰ ਜਿਹੜੇ ਏਦਾਂ ਦੇ ਮੁੱਦੇ ਆ ਖੜੇ ਜਾਂਦੇ, ਸਾਹਮਣੇ ਲਿਆਂਦੇ ਜਾਂਦੇ ਆ, ਸੱਚਾਈ ਕੀ ਹੈ ਇਸ ਦੀ, ਉਹ ਤਾਂ ਖੈਰ ਇੱਕ ਜਿਹੜਾ ਹੈ ਭਵਿੱਖ ਦੇ ਗਰਭ ਦੇ ਵਿੱਚ ਹੈ ਅਤੇ ਆਪਣਾ ਲੱਗ ਜਾਏਗਾ ਪਤਾ। ਪਰ ਖੈਰ ਅਸੀਂ ਹੁਣ ਅਗਲੀ ਖਬਰ ਵੱਲ ਜਾਣੀ ਜਾਵਾਂਗੇ ਅਤੇ ਉਹ ਹੈ ਜੀ ਪੰਜਾਬ ਦੀ ਕਾਂਗਰਸ ਬਾਰੇ। ਸੋ ਪੰਜਾਬ ਦੀ ਕਾਂਗਰਸ, ਇਸ ਦੇ ਦੋ ਸਾਬਕਾ ਪ੍ਰਧਾਨ, ਪਹਿਲਾ ਸਾਬਕਾ ਪ੍ਰਧਾਨ ਤਾਂ ਸੁਨੀਲ ਜਾਖੜ, ਉਸ ਕਾਫੀ ਸਮੇਂ ਤੋਂ ਜਿਹੜਾ ਨਿਰਾਸ਼ ਚੱਲ ਰਹੇ ਸਨ ਪੰਜਾਬ ਦੀ ਕਾਂਗਰਸ ਤੋਂ, ਅਤੇ ਫਿਰ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਅਤੇ ਹੁਣ ਭਾਜਪਾ ਨੂੰ ਜਿਹੜਾ ਹੈ ਜੱਫਾ ਪਾ ਲਿਆ ਉਹਨਾਂ ਨੇ, ਅਤੇ ਇਸ ਦੇ ਨਾਲ ਹੀ ਜਿਹੜੇ ਨਵਜੋਤ ਸਿੰਘ ਸਿੱਧੂ ਜਿਹੜੇ ਉਹਨਾਂ ਤੋਂ ਬਾਅਦ ਪ੍ਰਧਾਨ ਬਣਾਏ ਗਏ ਸਨ, ਉਹਨਾਂ ਦੇ ਉੱਤੇ ਵੀ ਜਿਹੜਾ ਪੁਰਾਣਾ ਇੱਕ ਪਰਚਾ ਸੀਗਾ ਉਸ ਅਧੀਨ ਸਜ਼ਾ ਹੋ ਗਈ ਹੈ ਜੀ। ਸੋ ਪੰਜਾਬ ਦੀ ਕਾਂਗਰਸ ਦੇ ਇਹਨਾਂ ਦੋਨਾਂ ਸਾਬਕਾ ਪ੍ਰਧਾਨਾਂ ਨੂੰ ਲੈ ਕੇ ਕੀ ਟਿੱਪਣੀ ਕਰਨੀ ਚਾਹੋਗੇ, ਅਤੇ ਖਾਸ ਕਰਕੇ ਇਹਨਾਂ ਦਾ ਪੰਜਾਬ ਦੀ ਕਾਂਗਰਸ ਦੇ ਉੱਤੇ ਕੀ ਪ੍ਰਭਾਵ ਪੈਣ ਜਾ ਰਿਹਾ ਹੈ ਜੀ? ਬੜਾ ਅਹਿਮ ਸਵਾਲ ਹੈ ਜਸਪ੍ਰੀਤ ਤੁਹਾਡਾ। ਪਹਿਲੀ ਗੱਲ ਤਾਂ ਹੈਗੀ ਹੈ ਕਿ ਕਾਂਗਰਸ ਲਈ ਇਹ ਬਹੁਤ ਦੋਵੇਂ ਮਾੜੀਆਂ ਖਬਰਾਂ ਸੀ, ਤੇ ਇਹ ਖਬਰਾਂ ਦੇ ਵਿੱਚੋਂ ਇੱਕ ਜਿਹੜੀ ਸੁਨੀਲ ਜਾਖੜ ਵਾਲੀ ਆ, ਉਹਦੇ ਲਈ ਤਾਂ ਕਾਂਗਰਸ ਇੱਕ ਐਂਗਲ ਤੋਂ ਕਾਂਗਰਸ ਖੁਦ ਦੋਸ਼ੀ ਹੈ ਕਿ ਤੁਸੀਂ ਆਪਣਾ ਪੜ੍ਹਿਆ ਲਿਖਿਆ ਚੰਗਾ ਲੀਡਰ ਆ ਜਿਹੜਾ ਰਿਸਪੈਕਟ ਜਿਹਦੀ ਕੀਤੀ ਜਾਂਦੀ ਹੈ ਪੰਜਾਬ ਚ, ਉਹਨੂੰ ਗਵਾ ਲਿਆ ਆਪਣੀਆਂ ਨਲੈਕੀਆਂ ਕਰਕੇ ਗਵਾਇਆ। ਸਿੱਧੂ ਤੇ ਜੇਲ੍ਹ ਜਾਣ ਨਾਲ ਜਿਹੜਾ ਹੈਗਾ ਸਿੱਧੂ ਦਾ ਆਪਣਾ ਫਿਊਚਰ ਵੀ ਸਵਾਲਾਂ ਦੇ ਘੇਰੇ ਚ ਆ। ਦੇਖੋ ਇਹਦੇ ਵਿੱਚ ਪਹਿਲੀ ਚੀਜ਼ ਹੈਗੀ ਹੈ ਕਿ ਸਿੱਧੂ ਵਾਲਾ ਮਾਮਲਾ ਵਿਚਾਰ ਲੈਂਦੇ ਹਾਂ ਵੀ ਇਹ ਪੁਰਾਣਾ ਕੇਸ ਸੀਗਾ, ਇਹਦੇ ਵਿੱਚ ਉਹ ਜਿਹੜਾ ਹੁਣ ਇੱਕ ਵਿਅਕਤੀ ਦੇ ਮੁੱਕਾ ਮਾਰਿਆ, ਬਾਅਦ ਉਹਦੀ ਮੌਤ ਹੋ ਗਈ ਸੀ, ਉਹਦੇ ਵਿੱਚ 1 ਸਾਲ ਦੀ ਸਜ਼ਾ ਮਿਲੀ ਆ, ਪਹਿਲਾਂ ਰਾਹਤ ਮੰਗੀ ਸੀ ਅਦਾਲਤ ਕੋਲੋਂ, ਅਦਾਲਤ ਨੇ ਰਾਹਤ ਦਿੱਤੀ ਨੀ ਤੇ ਆਪਣੇ ਆਪ ਨੂੰ ਜਿਹੜਾ ਹੁਣ ਉਹਨੇ ਜਿਹੜਾ ਹੈਗਾ ਸਰੈਂਡਰ ਕਰਨਾ ਪਵੇਗਾ ਜਾਂ ਕਰ ਦਿੱਤਾ। ਤੇ ਹੁਣ ਦੂਸਰੇ ਪਾਸੇ ਜੋ ਸੁਨੀਲ ਜਾਖੜ ਵਾਲਾ ਮੁੱਦਾ, ਦੇਖੋ ਬੀਜੇਪੀ ਵਿੱਚ ਜਾਣਾ ਬਹੁਤ ਇੱਕ ਤਰ੍ਹਾਂ ਨਾਲ ਚੰਗਾ ਸ਼ਗਨ ਨਹੀਂ ਹੈਗਾ, ਕਿਉਂਕਿ ਥੋੜੇ ਦਿਨ ਪਹਿਲਾਂ ਸੁਨੀਲ ਜਾਖੜ ਪੰਜਾਬੀਅਤ ਕਰ ਰਿਹਾ ਸੀ, ਪਰ ਜਿਹੜੀ ਪਾਰਟੀ ਤੁਸੀਂ ਗਏ ਹੋ ਉਹ ਪਾਰਟੀ ਤਾਂ ਖੁਦ ਪੰਜਾਬੀਅਤ ਦੇ ਕੰਸੈਪਟ ਦੇ ਉਲਟਾ, ਉਹਨਾਂ ਦਾ ਜਿਹੜਾ ਨੈਸ਼ਨਲਿਜ਼ਮ ਹੈ ਉਹ ਹੋਰ ਕੌਮੀਅਤਾਂ ਨੂੰ ਤਾਂ ਮੰਨਦਾ ਹੀ ਨਹੀਂ ਹੈਗਾ, ਤੇ ਉਹਨਾਂ ਦੇ ਲਈ ਤਾਂ ਪ੍ਰਵਚਨ ਤਾਂ ਹਿੰਦੀ ਹਿੰਦੂ ਹਿੰਦੁਸਤਾਨ ਹੈਗਾ। ਤੇ ਉਹ ਸੁਨੀਲ ਜਾਖੜ ਦੀ ਘੱਟੋ ਘੱਟ ਜਿਹੜੀ ਹੁਣ ਤੱਕ ਦੀ ਵਿਚਾਰਧਾਰਾ ਰਹੀ ਆ ਉਹਦੇ ਉੱਤੇ ਤਾਂ ਬਿਲਕੁਲ ਉਲਟ ਜਾਂਦਾ ਹੈਗਾ, ਮਤਲਬ ਬੰਦੇ ਨੂੰ ਜਦੋਂ ਕੁਛ ਹੋਰ ਨੀ ਦੇਖਿਆ ਤਾਂ ਉਹਨੇ ਆਪਣੇ ਮੇਨ ਸਟ੍ਰੀਮ ਮੁੱਖ ਧਾਰਾ ਦੀ ਸਿਆਸਤ ਵਿੱਚ ਰਹਿਣ ਦੇ ਲਈ ਪੱਲੂ ਫੜਿਆ, ਜੋ ਕਿ ਨੈਤਿਕ ਤੌਰ ਤੇ ਗਲਤ ਹੈ ਤੇ ਨਾਲ ਦੀ ਨਾਲ ਵਿਚਾਰਧਾਰਕ ਤੌਰ ਤੇ ਜਿਹੜਾ ਦਿਵਾਲੀਆਪਣ ਵੀ ਦਿਖਾਉਂਦਾ। ਪਰ ਇਸ ਤੋਂ ਪਹਿਲਾਂ ਜਦੋਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਇਹ ਜਿਹੜੀ ਸਿਆਸਤ ਹੈ ਇਹ ਸਿਆਸਤ ਇੱਕ ਤਰ੍ਹਾਂ ਨਾਲ ਹੋਈ ਗੰਦਲੀ ਗਈ ਹੈ, ਜਿਹਦੇ ਵਿੱਚ ਵਿਚਾਰਧਾਰਾ ਨੂੰ ਕਿਤੇ ਨਾ ਕਿਤੇ ਅਲਮਾਰੀ ਚ ਰੱਖ ਦਿੱਤਾ ਗਿਆ, ਤੇ ਕਾਂਗਰਸ ਪਾਰਟੀ ਨੂੰ ਵੀ ਮੰਥਨ ਕਰਨਾ ਪਏਗਾ ਉਹਦੇ ਲੀਡਰ ਜਿਹੜੇ ਇੱਕ ਇੱਕ ਕਰਕੇ ਬਾਹਰ ਜਾ ਰਹੇ ਨੇ। ਤੁਸੀਂ ਦੇਖੋ ਨਾ ਪੰਜਾਬ ਦੇ ਵਿੱਚ ਜਿਹੜੀ ਗੱਲ ਤੇ ਸੁਨੀਲ ਜਾਖੜ ਨੂੰ ਦੁੱਖ ਸੀਗਾ ਜਾਂ ਰੋਹ ਗੁੱਸਾ ਸੀ, ਉਹ ਸੀਗਾ ਸੁਨੀਲ ਜਾਖੜ ਦਾ ਨੰਬਰ ਪੈ ਰਿਹਾ ਸੀ ਮੁੱਖ ਮੰਤਰੀ ਦੇ ਅਹੁਦੇ ਲਈ। ਅੰਬਿਕਾ ਸੋਨੀ ਕਹਿੰਦੀ ਕਿ ਨਹੀਂ ਜੀ ਇੱਕ ਸਿੱਖ ਚਿਹਰਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ। ਇਲੈਕਸ਼ਨ ਤੋਂ ਬਾਅਦ ਨਾ ਇੱਕ ਕਰਵਾਇਆ ਗਿਆ ਸੀ ਅੰਮ੍ਰਿਤਸਰ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦੇ ਵੱਲੋਂ ਕਿ ਕਿੰਨੀਆਂ ਵੋਟਾਂ ਕਿਹੜੇ ਭਾਈਚਾਰੇ ਨੇ ਕਿਹੜੀ ਪਾਰਟੀ ਨੂੰ ਪਾਈਆਂ, ਜਗਰੂਪ ਸਿੰਘ ਹੋਰਾਂ ਦੀ ਗੱਲ ਕਰ ਰਿਹਾ ਮੈਂ, ਕਿੰਨੇ ਮਤਲਬ ਹੈਗਾ ਵਾ ਪੰਜਾਬੀ ਲੋਕੀ, ਉਹਦੇ ਵਿੱਚ ਕਈ ਸਾਰੇ ਸਵਾਲ ਸੀ, ਉਹਦੇ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਪੰਜਾਬੀ ਜਿਹੜੇ ਕਿਹੜਾ
ਧਰਮ ਜਾਂ ਜਾਤ ਦੇ ਮੁੱਖ ਮੰਤਰੀ ਨੂੰ ਬਣਿਆ ਹੋਇਆ ਦੇਖਣਾ ਚਾਹੁੰਦੇ ਨੇ। ਤੇ ਉਹਦੇ ਵਿੱਚ ਬਹੁ ਗਿਣਤੀ ਪੰਜਾਬੀਆਂ ਦੀ ਰਾਏ ਸੀਗੀ ਕਿ ਉਹਨਾਂ ਲਈ ਧਰਮ ਜਾਤ ਕੋਈ ਮਾਇਨੇ ਨਹੀਂ ਰੱਖਦੀ, ਸਿਰਫ ਮੁੱਖ ਮੰਤਰੀ ਪੰਜਾਬ ਦਾ ਹੋਵੇ, ਮੁੱਖ ਮੰਤਰੀ ਪੰਜਾਬੀ ਹੋਣਾ ਚਾਹੀਦਾ। ਪੰਜਾਬ ਦੇ ਲੋਕਾਂ ਦੀ ਰਾਏ ਆ, ਜਿੱਥੇ ਪੋਲੀਟੀਕਲ ਪਾਰਟੀਆਂ ਨੇ, ਖਾਸ ਕਰ ਹਾਈ ਕਮਾਨਾਂ ਨੇ ਦਿੱਲੀ ਬੈਠੀਆਂ ਨੇ, ਆਪਣੇ ਤੌਰ ਤੇ ਕਲਪਨਾ ਕਰਕੇ ਜਾਤ ਦਾ ਪੱਤਾ ਖੇਲ ਲਿਆ, ਕਦੇ ਧਰਮ ਦਾ ਪੱਤਾ ਖੇਲ ਲਿਆ, ਆਪਣੇ ਤੋਂ ਕੋਣੀ ਯੂਪੀ ਵਾਲਾ ਫਾਰਮੂਲਾ ਲਾਗੂ ਕਰ ਲਿਆ ਵੀ ਉਰੇ 32% ਤੋਂ ਉੱਤੇ ਦਲਿਤ ਆਬਾਦੀ ਹੈ ਤੇ ਦਲਿਤ ਮੁੱਖ ਮੰਤਰੀ ਦੇ ਨਾਲ ਵੋਟ ਸਾਰੀ ਮਿਲ ਜੂ। ਜਦਕਿ ਕਹਾਣੀ ਉਲਟ ਹੋਈ ਕਿ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਇੱਕ ਹਿਸਟਰੀ ਰਹੀ ਹੈ ਦਲਿਤ ਪੋਲੀਟਿਕਸ ਦੀ, ਉਹ ਵੀ ਇਹ ਰਹੀ ਹੈ ਕਿ ਕਦੇ ਇੱਕ ਤਰਫ ਨਹੀਂ ਵੋਟ ਪੈਂਦੀ ਹੈਗੀ ਸਾਡੀ ਸਾਰੀ, ਐਸੀ ਵੀ ਹੋਇਆ। ਸੋ ਇਹ ਕਾਂਗਰਸੀਆਂ ਨੂੰ ਚਿੰਤਨ ਕਰਨਾ ਪਏਗਾ ਕਿ ਤੁਸੀਂ ਜ਼ਮੀਨ ਨਾਲ ਜੁੜੇ ਨੀ, ਇਹਨਾਂ ਦੀ ਹਾਈ ਕਮਾਂਡ ਦਾ ਜ਼ਮੀਨ ਨਾਲ ਟੁੱਟੇ ਹੋਏ ਆ, ਇਸੇ ਕਰਕੇ ਯੂਪੀ ਦੇ ਵਿੱਚ ਇਹਨਾਂ ਨੂੰ ਹੋਰ ਮੂੰਹ ਦਿਖਾਣੀ ਪਈ, ਇਦਾਂ ਵੀ ਬੁਰਾ ਹਾਲ ਹੋਇਆ। ਸੋ ਜਿੰਨਾ ਚਿਕਰ ਇਹ ਜਿਹੜੀ ਲੁਟੀਅਨ ਕਲਾਸ ਹੈਗੀ ਆ, ਉਹ ਲੁਟੀਅਨ ਦਿੱਲੀ ਤੋਂ ਬਾਹਰ ਨੀ ਨਿਕਲਦੀ ਹੈਗੀ, ਉੱਥੇ ਬਹਿ ਕੇ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਆਪਣਾ ਫੈਸਲੇ ਲੈਂਦੀ ਆ, ਤੁਸੀਂ ਦਿੱਲੀ ਬਹਿ ਕੇ ਭਾਰਤ ਦੇ ਹੋਰਨਾਂ ਸਟੇਟਾਂ ਦੀ ਆਤਮਾ ਨੂੰ ਨਹੀਂ ਸਮਝ ਸਕਦੇ। ਇਹੀ ਗਲਤੀ ਜਿਹੜੀ ਪੰਜਾਬ ਦੇ ਵਿੱਚ ਇਹਨਾਂ ਨੇ ਕੀਤੀ ਹੈ, ਇਹਨਾਂ ਦੀ ਹਾਈਕਮਾਂਡਾਂ ਨੇ ਆਪਣੇ ਚਮਚਿਆਂ ਨੇ ਜਿਵੇਂ ਕਹਿ ਦਿੱਤਾ ਸੁਣ ਲਿਆ, ਹੁਣ ਅੰਬਿਕਾ ਸੋਨੀ ਪੰਜਾਬ ਚੋਂ ਭਾਵੇਂ ਕਿ ਚੁਣੀ ਜਾਂਦੀ ਰਹੀ ਹੈ, ਪਰ ਉਹਦਾ ਪੰਜਾਬ ਨਾਲ ਕੋਈ ਦੂਰ ਤੱਕ ਦਾ ਲੈਣਾ ਦੇਣਾ ਨਹੀਂ, ਪੰਜਾਬ ਨਾਲ ਉਹਦੀ ਆਤਮਿਕ ਰਿਸ਼ਤਾ ਨਹੀਂ, ਸਿੱਧੀ ਜੀ ਗੱਲ ਹੈਗੀ ਆ, ਕਿਉਂਕਿ ਉਹ ਸਮਝਦੀ ਨੀ ਪੰਜਾਬ ਨੂੰ। ਤੇ ਇਸ ਤਮਾਮ ਸਵਾਲ ਨੇ ਜਿਹੜੇ ਕਿ ਕਾਂਗਰਸ ਨੇ ਕਿਤੇ ਨਾ ਕਿਤੇ ਆਪਣਾ ਭੱਠਾ ਬਿਠਾਉਣ ਦੇ ਵਿੱਚ ਖੁਦ ਯੋਗਦਾਨ ਪਾਇਆ, ਜਿਹਦੇ ਕਰਕੇ ਕਾਬਲ ਬੰਦੇ ਨੇ ਉਹ ਉਹਨੂੰ ਛੱਡ ਕੇ ਹੋਰ ਪਾਸੇ ਜਾ ਰਹੇ ਨੇ। ਬਿਲਕੁਲ ਜੀ, ਇਸ ਦੌਰਾਨ ਵੈਸੇ ਜੇ ਅਗਰ ਆਪਾਂ ਗੱਲ ਸੁਨੀਲ ਜਾਖੜ ਜੀ ਦੀ ਕਰੀਏ ਤਾਂ ਸੁਨੀਲ ਜਾਖੜ ਦਾ ਜਿੱਦਾਂ ਦਾ ਕਿਰਦਾਰ ਹੈ, ਜਿੱਦਾਂ ਦੀ ਉਹ ਰਾਜਨੀਤੀ ਕਰਦੇ ਰਹੇ ਹੈ, ਤੁਹਾਨੂੰ ਲੱਗਦਾ ਕਿ ਉਹ ਭਾਜਪਾ ਦੇ ਢਾਂਚੇ ਤੇ ਉਹਨਾਂ ਦੇ ਜਿਹੜਾ ਹੈ ਕਾਰਜਸ਼ੈਲੀ ਦੇ ਵਿੱਚ ਫਿੱਟ ਬੈਠ ਜਾਣਗੇ? ਅਸਲ ਚ ਚੱਕਰ ਇਹ ਹੈਗਾ ਕਿ ਅੱਜ ਕੱਲ ਨਾ ਸਿਆਸਤ ਦੇ ਵਿੱਚ ਜਸਪ੍ਰੀਤ ਕੋਈ ਉਹ ਤਾਂ ਰਿਹਾ ਨੀ, ਉਹ ਆਈਡੀਓਲੋਜੀ ਵਾਲੀ ਗੱਲ ਤਾਂ ਰਹੀ ਨੀ, ਪੰਜਾਬ ਤਾਂ ਅੱਜ ਕੱਲ ਲੀਡਰਾਂ ਨੇ ਸਮੇਤ ਸੁਨੀਲ ਜਾਖੜ ਇੱਕ ਤਰ੍ਹਾਂ ਨਾਲ ਅਲਮਾਰੀ ਚ ਰੱਖ ਦਿੱਤੀ ਹੈ ਜਿੰਦਾ ਲਾ ਕੇ, ਤੇ ਹੁਣ ਇਹੀ ਆ ਵੀ ਸਾਸੀ ਆਪਣਾ ਚਿਹਰਾ ਬਣਾਈ ਰੱਖੀਏ, ਬਕਾਰ ਬਣਾਈ ਰੱਖੀਏ। ਉਹਦੇ ਵਿੱਚ ਹੁਣ ਖਬਰਾਂ ਤਾਂ ਇਹੀ ਨੇ ਕਿ ਉਸ ਸੁਨੀਲ ਜਾਖੜ ਨੂੰ ਰਾਜ ਸਭਾ ਵਿੱਚ ਭੇਜ ਦਿੱਤਾ ਜਾਏਗਾ, ਤੇ ਅਗਲੇ ਨੇ ਆਪਣਾ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਜ਼ਿੰਦਾ ਰੱਖਣਾ ਸੀ ਮੇਨਸਟ੍ਰੀਮ ਪੋਲਿਟਿਕਸ ਵਿੱਚ, ਉਹਦੇ ਵਿੱਚ ਰੱਖਣ ਲਈ ਉਹਨੇ ਕਿਸੇ ਵੀ ਢੰਗ ਨਾਲ ਇੱਕ ਤਰ੍ਹਾਂ ਨਾਲ ਜਿੱਧਰ ਵੀ ਗਿਆ ਉਹਨੇ ਮੋਰਚਾ ਮਾਰਿਆ, ਜੋ ਕਿ ਲੋਕਤੰਤਰ ਲਈ ਵੀ ਮਾੜਾ ਸ਼ਗਨ ਆ, ਉਹਦੇ ਆਪਣੇ ਲਈ ਵੀ ਮਾੜਾ ਸ਼ਗਨ ਆ, ਤੇ ਪੰਜਾਬ ਤੇ ਪੰਜਾਬੀਅਤ ਜਿਹਦੇ ਬਾਰੇ ਉਹ ਕੁਛ ਦਿਨ ਪਹਿਲਾਂ ਬਹੁਤ ਰੌਲਾ ਪਾਉਂਦਾ ਸੀਗਾ, ਤੇ ਉਹਦੇ ਲਈ ਵੀ ਉਹ ਮਾੜੀ ਗੱਲ ਹੈਗੀ ਆ। ਜੀ 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 ਬਿਲਕੁਲ ਜੀ, ਸੋ ਦੇਖਦੇ ਹਾਂ ਕਿ ਸੁਨੀਲ ਜਾਖੜ ਜੀ ਦਾ ਇਹ ਦਾ ਕਿੰਨਾ ਕੁ ਰਾਸ ਆਉਂਦਾ ਹੈ ਉਹਨਾਂ ਨੂੰ। ਮੈਂ ਪੜ੍ਹ ਰਿਹਾ ਸੀ ਕਿ ਉਹਨਾਂ ਦਾ ਜੋ ਭਤੀਜਾ ਮੇਰਾ ਖਿਆਲ ਜਿਹੜਾ ਕਿ ਉਹਨਾਂ ਦੇ ਜਿਹੜਾ ਹਲਕਾ ਹੈ ਘਰੇਲੂ ਹਲਕਾ ਹੈ ਜਿਹੜਾ ਉਹਨਾਂ ਦਾ ਅਬੋਹਰ, ਉੱਥੋਂ MLA ਵੀ ਹੈ, ਤਾਂ ਉਸਦਾ ਵੀ ਕੁਛ ਕਹਿਣਾ ਇੱਦਾਂ ਦਾ ਹੀ ਹੈ ਕਿ ਜੇ ਉਸਦੀ ਵੀ ਗੱਲ ਸੁਣਵਾਈ ਨਾ ਹੋਈ ਤਾਂ ਸ਼ਾਇਦ ਉਹ ਵੀ ਕੋਈ ਇੱਦਾਂ ਦੀ ਮੂਵਮੈਂਟ ਲੈ ਸਕਦਾ। ਸੋ ਇਹ ਸਿਆਸੀ ਚਿਹਰੇ ਨੇ ਅਤੇ ਸਿਆਸੀ ਪਾਰਟੀਆਂ ਨੇ ਜੀ, ਕਿਸੇ ਵੀ ਵਕਤ ਕਿਸੇ ਵੀ ਪਾਸੇ ਕਰਵਟ ਲੈ ਲੈਂਦੇ ਆ, ਆਪਾਂ ਨੂੰ ਇਹਨਾਂ ਬਾਰੇ ਕੁਛ ਖਾਸ ਕਹਿ ਨਹੀਂ ਸਕਦੇ ਹੁੰਦੇ। ਇਸੇ ਦੌਰਾਨ ਹੁਣ ਆਪਾਂ ਅਗਲੀ ਜਿਹੜੀ ਗੱਲ ਹੈ ਉਹ ਕਰਨੀ ਚਾਹਾਂਗੇ ਜੀ ਕੋਵਿਡ ਕੇਸਿਸ ਦੀ, ਕਿਉਂਕਿ ਕਰੋਨਾ ਮਹਾਂਮਾਰੀ ਪਿਛਲੇ 2.5-3 ਸਾਲ ਤੋਂ ਲਗਾਤਾਰ ਜਕੜੀ ਹੋਈ ਹੈ ਦੇਸ਼ ਨੂੰ ਅਤੇ ਪੂਰੀ ਦੁਨੀਆਂ ਨੂੰ, ਅਤੇ ਇਸੇ ਦੌਰਾਨ ਹੁਣ ਉਹਨਾਂ ਦੇ ਦੁਬਾਰਾ ਕੇਸਿਸ ਵੱਧ ਰਹੇ ਨੇ ਜੀ। ਕਰੋਨਾ ਦੇ ਕੇਸ ਆ ਰਹੇ ਨੇ ਆਪਣੇ ਭਾਰਤ ਦੇ ਵਿੱਚ, ਹੁਣ ਦੁਬਾਰੇ ਫਿਰ ਹੋਣੇ ਸ਼ੁਰੂ ਹੋਏ ਨੇ। COVID-19 ਦੇ ਇੱਕ ਦਿਨ ਦੇ ਵਿੱਚ ਜਿਹੜੇ ਹੈਗੇ ਆ 2,259 ਮਾਮਲੇ ਆਏ ਨੇ, 20 ਰੋਗੀਆਂ ਦੀ ਮੌਤ ਹੋ ਚੁੱਕੀ ਹੈ। ਸੋ ਇਹ ਮੁਲਕ ਦੇ ਵਿੱਚ ਭਾਰਤ ਵਿੱਚ ਕਰੋਨਾ ਦਾ ਜਿਹੜਾ ਕਿਤੇ ਨਾ ਕਿਤੇ ਪ੍ਰਕੋਪ ਦਿਖਾਈ ਦੇ ਰਿਹਾ, ਤੇ ਇਹਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਰੀਬ ਸਵੇਰੇ 8 ਵਜੇ ਤੱਕ ਜਿਹੜਾ ਇਹ ਅਪਡੇਟ ਦਿੱਤੀ ਹੈ, ਜਿਹਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ, ਤੇ ਦੱਸਿਆ ਜਾ ਰਿਹਾ ਹੈਗਾ ਕਿ ਅੰਕੜਿਆਂ ਦੇ ਮੁਤਾਬਕ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਕਰੋਨਾ ਇੱਕ ਤਰ੍ਹਾਂ ਨਾਲ ਭਿਅੰਕਰ ਬਿਮਾਰੀ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਹੈਗਾ। ਇਹਦੇ ਚੱਲਦੇ ਹੀ ਹੋਏ ਹੁਣ ਵੱਖ ਵੱਖ ਸੂਬਾ ਸਰਕਾਰਾਂ ਵੀ ਅਹਿਤਿਆਤ ਦੇ ਵਜੋਂ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਮੰਤਰਾਲੇ ਦਾ ਕਹਿਣਾ ਕਿ 24 ਘੰਟੇ ਦੇ ਵਿੱਚ ਕੁੱਲ ਮਿਲਾ ਕੇ ਜੇ ਅਸੀਂ ਮਰੀਜ਼ਾਂ ਦੀ ਸੰਖਿਆ ਦੇਖੀਏ ਤਾਂ 365 ਦੇ ਵਿੱਚ ਦੀ ਕਮੀ ਆਈ ਆ, ਤੇ ਲੇਕਿਨ 0.50% ਜਿਹੜਾ ਹੈਗਾ ਹਫ਼ਤਾਵਾਰੀ ਜਿਹੜਾ ਹੈਗਾ ਪ੍ਰਭਾਵਿਤ ਹੋਣ ਵਾਲੇ ਜਿਹੜੇ ਹੈਗੇ ਆ ਇਹ ਪ੍ਰਤੀਸ਼ਤ ਬਣਦੀ ਆ 0.53। ਸੋ ਇਹ ਬਿਮਾਰੀ ਨੂੰ ਉਭਰਨ ਲਈ ਜਿਹੜਾ ਉਭਾਰਨ ਲਈ ਜਿਹੜਾ ਲੋਕਾਂ ਦੀ ਸੰਖਿਆ ਇੱਕਦਮ ਜਿਹੜੀ ਵੱਧ ਰਹੀ ਹੈ,
ਤੇ ਇਹਦੇ ਲਈ ਹੁਣ ਹੋ ਸਕਦਾ ਵੀ ਆਉਂਦੇ ਦਿਨਾਂ ਦੇ ਵਿੱਚ ਸਰਕਾਰਾਂ ਦੇ ਵੱਲੋਂ ਕੋਈ ਥੋੜੀ ਜਿਹੀ ਸਖਤੀ ਕੀਤੀ ਜਾਵੇ, ਖਾਸ ਕਰਕੇ ਦਿੱਲੀ ਵਗੈਰਾ ਦੇ ਵਿੱਚ ਤਾਂ ਉਹ ਸਖਤੀ ਦਿਖਣ ਲੱਗੀ ਹੈ ਕਿਉਂਕਿ ਦਿੱਲੀ ਦੇ ਵਿੱਚ ਇਕਦਮ ਕੇਸਾਂ ਦੇ ਵਿੱਚ ਵਾਧਾ ਹੋਇਆ ਹੈਗਾ। ਜੀ 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 ਬਿਲਕੁਲ ਜੀ, ਇਸ ਨਾਲ ਹੀ ਮੰਕੀ ਪੌਕਸ ਨਾਮ ਦੀ ਵੀ ਇੱਕ ਮੈਂ ਪੜ੍ਹ ਰਿਹਾ ਕਿ ਉਹਦੇ ਉਸ ਬਾਰੇ ਵੀ ਕਾਫੀ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਪਈਆਂ ਨੇ ਜੀ। ਮੰਕੀ ਪੌਕਸ ਨਾਮ ਦੀ ਜਿਹੜੀ ਬਿਮਾਰੀ ਹੈ, ਮੰਕੀ ਪੌਕਸ ਨਾਮ ਦੀ ਵੀ ਬਿਮਾਰੀ ਆ ਰਹੀ, ਉਹਦੇ ਬਾਰੇ ਵੀ ਜਿਹੜਾ ਕਾਫੀ ਹੈ ਇਹਦੇ ਵਿੱਚ। ਹੁਣ ਤੁਸੀਂ ਦੇਖੋ ਕਿ ਹੁਣ ਮਸਲਾ ਇਹ ਹੈ ਕਿ ਜਿਹੜੀ ਕੋਵਿਡ ਵਾਲਾ ਵੀ ਮਸਲਾ ਸੀ ਨਾ, ਉਹਨੂੰ ਵੀ ਭਾਰਤ ਘੱਟੋ ਘੱਟ ਰੋਕ ਸਕਦਾ ਸੀਗਾ ਜਿਹੜੇ ਸਮੇਂ ਵਿੱਚ, ਕਿਉਂਕਿ ਦੁਨੀਆਂ ਦੇ ਹੋਰਨਾਂ ਦੇਸ਼ਾਂ ਚ ਆ ਚੁੱਕੀ ਸੀ, ਉਦੋਂ ਤੱਕ ਭਾਰਤ ਬੇਪਰਵਾਹ ਹੁੰਦਾ ਰਿਹਾ ਤੇ ਕੋਈ ਉਹਨਾਂ ਨੇ ਮਤਲਬ ਬਾਹਰ ਦੀਆਂ ਉਡਾਨਾਂ ਵਗੈਰਾ ਤੇ ਰੋਕ ਨਹੀਂ ਲਾਈ, ਬਲਕਿ ਇੱਥੋਂ ਤੱਕ ਕਿ ਅਮਰੀਕੀ ਰਾਸ਼ਟਰਪਤੀ ਦੀ ਖਿਦਮਤ ਵਿੱਚ ਲੱਗਿਆ ਰਿਹਾ। ਉਦੋਂ ਬਾਅਦ ਵਿੱਚ ਜਿਹੜਾ ਹੈਗਾ ਜਦੋਂ ਰੋਕਾਂ ਲਾਈਆਂ ਵੀ ਤਾਂ ਉਦੋਂ ਤਾੜੀਆਂ ਥਾਲੀਆਂ ਵਜਵਾ ਲਈਆਂ, ਮੋਮਬੱਤੀਆਂ ਜਗਾ ਲਈਆਂ, ਇਹ ਕੰਮ ਹੁੰਦਾ ਰਿਹਾ, ਮਤਲਬ ਸੀਰੀਅਸ ਰਿਹਾ ਨੀ। ਹੁਣ ਵੀ ਜਿਹੜੀਆਂ ਨਵੀਆਂ ਬਿਮਾਰੀਆਂ ਦੇ ਸਿਮਟਮ ਆ ਰਹੇ ਨੇ ਉਹਦੇ ਲਈ ਜਿੰਨਾ ਚਿਕਰ ਹੁਣੇ ਤੋਂ ਹੀ ਘਰ ਆ ਜਿਹੜਾ ਉਹ ਪੱਕਿਆ ਨਾ ਕੀਤਾ ਗਿਆ ਤਾਂ ਜਿਹੜਾ ਹੈਗਾ ਅੱਗੇ ਜਾ ਕੇ ਦਿੱਕਤਾਂ ਆ ਸਕਦੀਆਂ ਨੇ। ਸਾਨੂੰ ਅਤੀਤ ਤੋਂ ਸਿੱਖਣਾ ਚਾਹੀਦਾ। ਬਿਲਕੁਲ ਜੀ ਬਿਲਕੁਲ ਜੀ। ਸੋ ਇਹ ਸਨ ਅੱਜ ਦੀਆਂ ਬਹੁਤ ਸਾਰੀਆਂ ਖਬਰਾਂ ਜੀ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਸ਼ਵਿੰਦਰ ਜੀ ਨਾਲ। ਅਤੇ ਸ਼ਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ, ਅਤੇ ਖਬਰਾਂ ਦਾ ਪਿਛੋਕੜ ਤੋਂ ਲੈ ਕੇ ਮੌਜੂਦਾ ਸਥਿਤੀ ਤੱਕ ਕਾਫੀ ਵਿਸ਼ਲੇਸ਼ਣ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜਸਟਿਸ, ਮਿਹਰਬਾਨੀ ਜੀ। ਜੀ ਜੀ ਜੀ। ਸੋ ਇਹ ਸਨ ਜੀ ਸਾਡੇ ਸ਼ਵਿੰਦਰ ਜੀ ਜਿਹੜੇ ਕਿ ਸੀਨੀਅਰ ਪੱਤਰਕਾਰ ਹਨ, ਅਤੇ ਖਬਰਾਂ ਅਤੇ ਵੱਖ ਵੱਖ ਚਲੰਤ ਮੁੱਦਿਆਂ ਦੇ ਉੱਤੇ ਇਹਨਾਂ ਦੀ ਨਜ਼ਰ ਰਹਿੰਦੀ ਹੈ, ਅਤੇ ਲਗਾਤਾਰ ਇਹ ਆਪਣਾ ਜਿਹੜਾ ਉਹਨਾਂ ਦੇ ਉੱਤੇ ਪਕੜ ਵੀ ਬਣਾਈ ਰੱਖਦੇ ਹਨ, ਅਤੇ ਰੇਡੀਓ ਪੰਜਾਬ ਟੂਡੇ ਦੇ ਨਾਲ ਜੁੜ ਕੇ ਸਾਡੇ ਨਾਲ ਚਰਚਾਵਾਂ ਕਰਦੇ ਹਨ। ਸੋ ਇਸ ਦੇ ਨਾਲ ਹੀ ਅੱਜ ਵੇਲਾ ਹੋ ਗਿਆ ਜੀ ਇਸ ਪ੍ਰੋਗਰਾਮ ਨੂੰ ਖਤਮ ਕਰਨ ਦਾ, ਅਤੇ ਮੈਂ ਇੱਕ ਵਾਰ ਫਿਰ ਤੋਂ ਯਾਦ ਕਰਵਾ ਦੇਵਾਂ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਤੁਹਾਡੇ ਸਭ ਦੇ ਪਸੰਦੀਦਾ ਐਂਕਰ ਅਤੇ ਇਸ ਪ੍ਰੋਗਰਾਮ ਦੇ ਹੋਸਟ ਸੁਰਨ ਸਿੰਘ ਦਾਨੇਵਾਲੀਆ ਜੀ ਅਮਰੀਕਾ ਦੀ ਧਰਤੀ ਉੱਤੇ ਪਹੁੰਚੇ ਹੋਏ ਹਨ, ਅਤੇ ਉਹ ਕਰੀਬ ਇੱਕ ਮਹੀਨਾ ਜਿਹੜਾ ਹੈ ਉੱਥੇ ਹੀ ਰਹਿਣਗੇ, ਅਤੇ ਇਸ ਦੌਰਾਨ ਮੇਰੇ ਵੱਲੋਂ ਯਾਨੀ ਕਿ ਜਸਪ੍ਰੀਤ ਸਿੰਘ ਵੱਲੋਂ ਹੀ ਇਹ ਸ਼ੋਅ ਰੋਜ਼ਾਨਾ ਪੇਸ਼ ਕੀਤਾ ਜਾਵੇਗਾ, ਅਤੇ ਰੋਜ਼ਾਨਾ ਅਸੀਂ ਵੱਖ ਵੱਖ ਖਬਰਾਂ ਤੋਂ ਲੈ ਕੇ ਚਲੰਤ ਮੁੱਦਿਆਂ ਦੇ ਨਾਲ ਨਾਲ ਖਾਸ ਖਾਸ ਦਿਨਾਂ ਅਤੇ ਖਾਸ ਵਿਅਕਤੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਿਹਾ ਕਰਾਂਗੇ। ਬਹੁਤ ਸਮੇਂ ਤੋਂ ਮੈਨੂੰ ਕਈ ਵਾਰੀ ਫੋਨ ਦੇ ਰਾਹੀਂ ਵੀ ਇਹ ਮੈਸੇਜ ਪਹੁੰਚਦੇ ਸੀ, ਜਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਮੈਂ ਕਾਫੀ ਟਾਈਮ ਤੋਂ ਰੇਡੀਓ ਪੰਜਾਬ ਟੂਡੇ ਦੇ ਉਹ ਕਹਿ ਰਿਹਾ ਹਜ਼ਾਰ ਚੱਲ ਰਿਹਾ। ਸੋ ਕਰੀਬ ਹੁਣ ਇੱਕ ਮਹੀਨਾ ਅਤੇ ਸ਼ਾਇਦ ਇਸ ਤੋਂ ਵੀ ਲੰਬਾ ਜਿਹੜਾ ਸਮਾਂ ਹੈ ਉਹ ਆਪਣਾ ਸਾਥ ਬਣਿਆ ਰਹੇਗਾ, ਅਤੇ ਰੋਜ਼ ਦੀ ਰੋਜ਼ ਮੇਰੇ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ। ਇਸ ਦੇ ਨਾਲ ਹੀ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ। ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਦਿਨ ਸੀਗਾ ਸ਼ੁੱਕਰਵਾਰ ਦਾ, ਇਸ ਕਰਕੇ ਹੁਣ ਅਗਲੇ ਦੋ ਦਿਨ ਤਾਂ ਇਹ ਪ੍ਰੋਗਰਾਮ ਜਿਹੜਾ ਹੈ ਸਾਡੇ ਵੱਲੋਂ ਛੁੱਟੀ 'ਤੇ ਹੋਏਗਾ ਅਸੀਂ, ਅਤੇ ਅਸੀਂ ਹੁਣ ਮਿਲਾਂਗੇ ਜੀ ਸੋਮਵਾਰ ਨੂੰ। ਸੋ ਤਦ ਤੱਕ ਦੇ ਲਈ ਤੁਸੀਂ ਸਾਰੇ ਰੱਖੋ ਆਪਣਾ ਖਿਆਲ, ਅਤੇ ਖਬਰਾਂ ਤੋਂ ਦੇ ਨਾਲ ਨਾਲ ਜਿਹੜਾ ਹੈ ਆਪਣੀ ਸਿਹਤ ਦਾ ਵੀ ਖਾਸਾ ਧਿਆਨ ਰੱਖੋ। ਜਿਵੇਂ ਕਿ ਅਸੀਂ ਗੱਲਬਾਤ ਕੀਤੀ ਕਿ ਕਰੋਨਾ ਮਹਾਂਮਾਰੀ ਦੀ ਸਮੱਸਿਆ ਹੈ ਕਿਤੇ ਨਾ ਕਿਤੇ ਫਿਰ ਵੀ ਵੱਧਦੀ ਜਾ ਰਹੀ ਹੈ, ਇਸ ਲਈ ਕਿਸੇ ਪ੍ਰਕਾਰ ਦੀ ਲਾਪਰਵਾਹੀ ਨਾ ਕੀਤੀ ਜਾਵੇ। ਸੋ ਮੈਨੂੰ ਜਸਪ੍ਰੀਤ ਸਿੰਘ ਨੂੰ ਦਿਓ ਜੀ ਇਜਾਜ਼ਤ, ਅਤੇ ਆਪਾਂ ਹੁਣ ਮਿਲਾਂਗੇ ਜੀ ਸੋਮਵਾਰ ਨੂੰ। ਤਦ ਤੱਕ ਦੇ ਲਈ ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ, ਰੱਬ ਰਾਖਾ। ਸ਼ਮਾਦਾਨ जी हाँ, अकाल ट्रक एंड ट्रेलर सेंटर विनिपेग कैनेडा, जेडे हर तरह दी मेजर ते माइनर ट्रक एंड ट्रेलर रिपेयर कर दी है, डीओटी सेफ्टी इंस्पेक्शंस कर दी है, ए हर तरह दी ब्रेका दे काम तो लेके सस्पेंशन, टायर इंस्टॉलेशन, इलेक्ट्रिक एंड डायग्नोस, रीबिल्ड ट्रांसमिशन, डिफरेंशियल ते क्लच जॉब्स, ऑयल चेंज, हर एक काम बड़ी तसल्ली नाल कर दे है जी। ए MPI अप्रूव्ड ने, और हाँ ए सीजनल सर्विसेज भी प्रोवाइड कर दे है। 24 घंटे 7 दिन दी सर्विसेज लई ते वधेरे जानकारी लई कॉल करो 204-409-2000 या फिर कॉल करो 204-770-0460। ओए मेरे वीर, मैनू बस एक गल दस दे भी आ जेडी तू ट्रैवलिंग करदा ते ओदे तो बाद फ्रेश रहना, एदा राज की है? एदा राज है अर्लिंगटन फ्यूल स्टॉप। अर्लिंगटन फ्यूल स्टॉप 1801 पाइनियर स्ट्रीट हाईवे एग्जिट 208 ते, जिथे तुहानू फ्री कॉफी, फ्री फैक्स सर्विस, फ्री ट्रक पार्किंग, रोटी, ठेका, लॉन्ड्री, शावर ते ट्रकां दा ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟ੍ਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 601-867-2394।
ट्रकिंग वाले वीरो ध्यान नाल सुनो ट्रक जिद